ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ, ਮੈਂ ਤੁਹਾਡੀ ਹੋਸਟ ਆਸ਼ਮਿਤਾ। ਸਾਰਿਆਂ ਨੂੰ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਵੈਲਕਮ ਕਰਦੀ ਹਾਂ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ, ਵਾਅਦਾ ਕੀਤਾ ਸੀ ਕਿ ਅੱਜ ਆਪਾਂ ਗਰਾਊਂਡ ਦੀ ਅਪਡੇਟ ਸੀ ਕੀ ਕੁਛ ਡਿਵੈਲਪਮੈਂਟਸ ਹੋ ਰਹੀਆਂ ਕਿਸਾਨ ਮੋਰਚੇ ਦੇ ਵਿੱਚ, ਭਾਵੇਂ ਦਿੱਲੀ ਦੀ ਗੱਲ ਹੋ ਜਾਂ ਪੰਜਾਬ ਦੀ, ਕਿਸ ਤਰ੍ਹਾਂ ਇਸ ਚੀਜ਼ ਨੂੰ ਹੋਰ ਤਿੱਖਾ ਕਰਨ ਦੀ ਪ੍ਰੈਪਰੇਸ਼ਨ ਅਤੇ ਪਲੈਨਿੰਗ ਹੋ ਰਹੀ ਹੈ ਯੂਨੀਅਨ ਲੀਡਰਸ ਕਿਸਾਨ ਆਗੂਆਂ ਵੱਲੋਂ, ਅਤੇ ਕਿਸ ਤਰ੍ਹਾਂ ਲੈਜਿਸਲੇਟਿਵ ਅਪਡੇਟਸ ਹਨ ਜਿੱਥੇ ਜੁਡੀਸ਼ੀਅਰੀ ਦਾ ਰੋਲ ਆਉਂਦਾ, ਸੁਪਰੀਮ ਕੋਰਟ ਦਾ ਰੋਲ ਆਉਂਦਾ, ਉੱਥੇ ਕੀ ਅਪਡੇਟਸ ਹਨ। ਤੁਹਾਨੂੰ ਸ਼ਾਇਦ ਯਾਦ ਹੋਏਗਾ ਕਿ ਜਨਵਰੀ ਦੇ ਵਿੱਚ ਸੁਪਰੀਮ ਕੋਰਟ ਨੇ ਇਨ ਤਿੰਨ ਕਾਨੂੰਨਾਂ 'ਤੇ ਰੋਕ ਲਾਤੀ ਸੀ ਅਤੇ ਇੱਕ 4 ਮੈਂਬਰੀ ਕਮੇਟੀ ਅਪੁਆਇੰਟ ਕੀਤੀ ਸੀ, ਜਿਹਦੇ ਵਿੱਚ ਹੁਣ ਇੱਕ 3 ਮੈਂਬਰੀ ਕਮੇਟੀ ਬਣ ਕੇ ਉਹਨਾਂ ਨੇ ਇਹ ਕਿੰਨੇ ਹਫ਼ਤਿਆਂ ਦੇ ਵਿੱਚ ਡਿਲੀਬਰੇਟ ਅਤੇ ਡਿਬੇਟ ਕੀਤਾ ਕਿ ਕੀ ਇਨ ਬਿੱਲਸ ਨੂੰ ਅੱਗੇ ਇੰਪਲੀਮੈਂਟ ਕਰਨਾ ਚਾਹੀਦਾ ਜਾਂ ਨਹੀਂ, ਅਤੇ ਕੀ ਇਹ ਬਿੱਲਸ ਕਿਸਾਨ ਦੇ ਫਾਇਦੇ ਲਈ ਹੈਗੇ ਅਸਲੀਅਤ ਦੇ ਵਿੱਚ। ਇਨ 3 ਮੈਂਬਰਾਂ ਦਾ ਕਾਫੀ ਵਿਰੋਧ ਹੋਇਆ, ਇਨ ਦ ਸੈਂਸ ਦੈਟ ਇਹਨਾਂ ਦੀ ਜੋ ਪਬਲਿਕ ਸਟੇਟਮੈਂਟ ਸੀਗੀ, ਇਹਨਾਂ ਦੀ ਜੋ ਗਵਰਨਮੈਂਟ ਅਫੀਲੀਏਸ਼ਨ ਅਤੇ ਬੈਕਿੰਗ ਸੀਗੀ, ਉਹ ਸਾਰੀ ਇਹ ਦੱਸਦੀਆਂ ਕਿ ਇਹ ਜੋ 3 ਮੈਂਬਰਸ ਹੈਗੇ ਇਹ ਇਨ ਬਿੱਲਾਂ ਦੇ ਹੱਕ ਦੇ ਵਿੱਚ ਹਨ। ਇਹ ਮੰਨਦੇ ਕਿ ਇਹ ਬਿੱਲਸ ਕਿਸਾਨ ਦੇ ਹੱਕ ਦੇ ਵਿੱਚ ਹੈਗੇ, ਅਤੇ ਇਹ ਕਿਸ ਤਰ੍ਹਾਂ ਇਨ ਬਿੱਲਾਂ ਨੂੰ ਇੱਕ ਓਬਜੈਕਟਿਵ, ਇੱਕ ਫੇਅਰ ਤਰੀਕੇ ਦੇ ਨਾਲ ਪਰਖ ਸਕਦੇ ਆ, ਨਹੀਂ ਪਰਖ ਸਕਦੇ। ਅਤੇ ਇਹ ਇਸ ਕਰਕੇ ਕਿਸਾਨ ਯੂਨੀਅਨ ਲੀਡਰਸ, ਕਿਸਾਨ ਮੋਰਚੇ ਦੇ ਆਗੂਆਂ ਨੇ ਕਿਸੇ ਵੀ ਮੀਟਿੰਗ ਨੂੰ ਅਟੈਂਡ ਨਹੀਂ ਕੀਤਾ, ਕੋਈ ਵੀ ਆਪਣਾ ਆਈਡੀਆ, ਆਪਣੇ ਥੋਟਸ, ਆਪਣੇ ਇਸ ਚੀਜ਼ ਨੂੰ ਲੈ ਕੇ ਆਪਣੇ ਪੱਖ ਨਹੀਂ ਰੱਖੇ ਇਨ ਕਮੇਟੀ ਅੱਗੇ। ਸੋ ਜਿੱਥੇ ਇਸ ਕਮੇਟੀ ਦੀ ਡਿਸੀਜਨ ਦੀ ਗੱਲ ਆਉਂਦੀ ਹੈ, ਜੋ ਇਸ ਹਫ਼ਤੇ ਦਿੱਤਾ ਗਿਆ ਸੁਪਰੀਮ ਕੋਰਟ ਨੂੰ, ਹਲੇ ਉਹਦੀ ਫਾਈਂਡਿੰਗਸ ਰਿਵੀਲ ਨਹੀਂ ਕੀਤੀਆਂ ਗਈਆਂ, ਬਟ ਮਾਹੌਲ ਤਾਂ ਇਹੀ ਸਾਨੂੰ ਦੱਸਦਾ ਕਿ ਫਾਈਂਡਿੰਗਸ ਦੇ ਵਿੱਚ ਕੋਈ ਇੰਨੀ ਵੱਡੀ ਗੱਲ ਨਹੀਂ ਰਿਵੀਲ ਹੋਣੀ, ਉਹਦੀ ਅੱਜ ਗੱਲ ਕਰਾਂਗੇ। ਅਤੇ ਜਿੱਥੇ ਕਿਸਾਨ ਮੋਰਚੇ ਨੂੰ ਅੱਗੇ ਲੈ ਕੇ ਜਾਣ ਲਈ ਕੀ ਕੁਛ ਅਪਡੇਟਸ ਹਨ, ਤੁਸੀਂ ਸ਼ਾਇਦ ਦੇਖਿਆ ਹੋਣਾ ਹੈ, ਵੱਡੀ ਅਪਡੇਟ ਅੱਜ ਦੀ ਇਹੀ ਹੈਗੀ ਕਿ ਕਿਸਾਨ ਆਗੂਆਂ ਨੇ ਲੱਖੇ ਸਧਾਨੇ ਨੂੰ ਇੱਕ ਵਾਰੀ ਫਿਰ ਮੋਰਚੇ ਦੇ ਵਿੱਚ ਵੈਲਕਮ ਕਰ ਲਿਆ, ਕਿਹਾ ਕਿ ਉਹਨੂੰ ਓਪਨ ਇਨਵੀਟੇਸ਼ਨ ਹੈ, ਅਗਰ ਉਹ ਆ ਕੇ ਸਟੇਜ 'ਤੇ ਬੋਲਣਾ ਚਾਹੁੰਦਾ, ਅਗਰ ਉਹਨੂੰ ਕੋਈ ਅਰੈਸਟ ਤੋਂ ਖਤਰਾ ਹੈ, ਉਹਦੇ ਪਿੱਛੇ ਕਿਸਾਨ ਮੋਰਚਾ ਖੜ੍ਹਿਆ ਉਹਦੀ ਪ੍ਰੋਟੈਕਸ਼ਨ ਲਈ। ਅਤੇ ਜਿੱਥੇ ਨੈਕਸਟ ਵੱਡੀ ਮੈਂ ਕਹਾਂਗੀ ਇਵੈਂਟ ਜਾਂ ਕੀ ਪਲੈਨਡ ਉਹਨਾਂ ਦੀ ਪ੍ਰੋਗਰਾਮ ਹੈਗਾ, ਅਤੇ ਅੱਜ ਨਹੀਂ, ਕੁਛ ਦਿਨ ਹੋ ਗਏ, ਸੰਯੁਕਤ ਕਿਸਾਨ ਮੋਰਚੇ ਨੇ ਇਹ ਅਨਾਊਂਸ ਕੀਤਾ ਕਿ ਮਈ ਦੇ ਪਹਿਲੇ ਹਫ਼ਤੇ ਦੇ ਵਿੱਚ ਇੱਕ ਪੈਦਲ ਮਾਰਚ ਕੱਢੀ ਜਾਊਗੀ ਪਾਰਲੀਮੈਂਟ ਤੱਕ, ਕਿ ਸਾਰੇ ਜਾਣੇ, ਭਾਵੇਂ ਉਹ ਪੰਜਾਬ ਤੋਂ ਹੋਏ, ਹਰਿਆਣਾ ਤੋਂ, ਹੋਰ ਵੱਖ ਵੱਖ ਸਟੇਟਾਂ ਤੋਂ, ਕੋਈ ਵੀ ਇਸ ਮੋਰਚੇ ਨੂੰ ਸਪੋਰਟ ਕਰਨਾ ਚਾਹੁੰਦਾ ਹੈ, ਉਹ ਜ਼ਰੂਰ ਦਿੱਲੀ ਪਹੁੰਚੇ, ਆਪਣੇ ਟਰੈਕਟਰਾਂ ਦੇ ਵਿੱਚ, ਆਪਣੀ ਗੱਡੀਆਂ ਦੇ ਵਿੱਚ ਪਹੁੰਚ ਕੇ ਦਿੱਲੀ ਦੇ ਬਾਰਡਰਾਂ ਤੋਂ ਪੈਦਲ ਮਾਰਚ ਕੱਢੀ ਜਾਊਗੀ। ਹਾਲੇ ਡੇਟ ਅਨਾਊਂਸ ਨਹੀਂ ਹੋਈ, ਬਟ ਜ਼ਰੂਰ ਇਹ ਹੋਰ ਡੀਟੇਲਸ ਜਿੱਦਾਂ ਅੱਗੇ ਆਉਂਦੀਆਂ ਤੁਹਾਡੇ ਨਾਲ ਵੀ ਸਾਂਝੀ ਕਰਾਂਗੇ। ਅਤੇ ਹੋਰ ਵੱਖ ਵੱਖ ਅਪਡੇਟਸ, ਵਿਸਾਖੀ ਦੀ ਸੈਲੀਬ੍ਰੇਸ਼ਨਸ ਕਿਹਾ ਗਈ ਹੈ ਕਿ ਉਹ ਵੀ ਬਾਰਡਰਾਂ 'ਤੇ ਮਨਾਈ ਜਾਣਗੀਆਂ, ਅਤੇ ਜਿੱਥੇ ਬਾਬਾ ਅੰਬੇਡਕਰ, ਡਾਕਟਰ ਬੀ ਆਰ ਅੰਬੇਡਕਰ ਦੀ ਬਰਥ ਐਨੀਵਰਸਰੀ ਆ ਰਹੀ ਹੈ, ਕਿ ਉਸ ਦਿਨ ਜੋ ਦਲਿਤ ਕਮਿਊਨਿਟੀ ਹੈਗੀ ਉਹਨਾਂ ਨੂੰ ਸਟੇਜ ਦੀ ਕੰਟਰੋਲ ਦਿੱਤੀ ਜਾਊਗੀ। ਸੋ ਇਹ ਕੁਛ ਅਪਡੇਟਸ ਹਨ, ਬਟ ਇੱਥੇ ਜਿੱਥੇ ਸੰਘਰਸ਼ ਨੂੰ ਤਿੱਖੇ ਕਰਨ ਦੀ ਗੱਲ ਆਉਂਦੀ ਹੈ, ਅੱਜ ਆਪਾਂ ਇਹ ਵੀ ਡਿਸਕਸ ਕਰਾਂਗੇ ਕਿ ਕਿਸ ਤਰ੍ਹਾਂ ਦੀ ਡਿਵੀਜ਼ਨਸ ਖਤਰਾ ਪੋਜ਼ ਕਰ ਰਹੀਆਂ ਸੰਘਰਸ਼ ਨੂੰ, ਭਾਵੇਂ ਉਹ ਡਿਵੀਜ਼ਨਸ ਔਨ ਦ ਗਰਾਊਂਡ ਦਿੱਲੀ ਪੰਜਾਬ ਦੇ ਵਿੱਚ ਹੋਣ, ਉੱਥੇ ਕੀ ਡਿਵੀਜ਼ਨਸ ਹਨ, ਅਤੇ ਕਿਸ ਤਰ੍ਹਾਂ ਦੀ ਡਿਵੀਜ਼ਨਸ NRI ਕਮਿਊਨਿਟੀ ਦੇ ਵਿੱਚ ਵੇਖਣ ਨੂੰ ਮਿਲ ਰਹੀਆਂ, ਜੋ ਅਬਰੋਡ ਬਹਿ ਕੇ ਸਪੋਰਟ ਕਰ ਰਹੇ ਸੰਘਰਸ਼ ਨੂੰ। ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਸੰਘਰਸ਼ ਅਨਡਾਊਟਡਲੀ NRI ਕਮਿਊਨਿਟੀਜ਼ ਦੀ ਸਪੋਰਟ ਬਹੁਤ ਵੱਡੇ ਲੈਵਲ 'ਤੇ ਇਸ ਵੇਲੇ ਇੰਜੋਏ ਕਰ ਰਿਹਾ, ਅਤੇ ਉਹ ਸਪੋਰਟ ਕਿਸ ਤਰ੍ਹਾਂ ਜਾਂ ਏਕਤਾ ਦੇ ਨਾਲ ਆ ਰਹੀ ਹੈ ਜਾਂ ਖੁਦ ਵੰਡ ਹੋਈ ਵੀ ਹੈ, ਅਤੇ ਉਹ ਸਪੋਰਟ ਦੇ ਵਿੱਚ ਕਿਸ ਤਰ੍ਹਾਂ ਦਾ ਦਰਾਰ ਪੈ ਰਿਹਾ, ਉਹਦੀ ਵੀ ਗੱਲ ਕਰਾਂਗੇ। ਅਤੇ ਸਾਡੇ ਨਾਲ ਇਹ ਸਾਰੇ ਵਿਸ਼ਿਆਂ 'ਤੇ ਆਪਣਾ ਪਰਸਪੈਕਟਿਵ, ਆਪਣੀ ਜਾਣਕਾਰੀ ਸ਼ੇਅਰ ਕਰਨ ਲਈ ਸਾਨੂੰ ਜੁਆਇਨ ਕਰ ਰਿਹਾ ਇੱਕ ਬਹੁਤ ਹੀ ਇਨਸਾਈਟਫੁਲ ਗੈਸਟ ਪੰਜਾਬ ਤੋਂ, ਪੱਤਰਕਾਰ ਸਾਡੇ ਨਾਲ ਜੁੜੇ ਹਨ, ਉਹਨਾਂ ਦੇ ਨਾਲ ਵੀ ਗੱਲ ਕਰਾਂਗੇ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ, ਤੁਸੀਂ ਕਿੱਥੇ ਨਾ ਜਾਓ, ਬਹੁਤ ਜ਼ਿਆਦਾ ਅੱਜ ਟੌਪਿਕਸ ਡਿਸਕਸ਼ਨ ਲਈ, ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਸਾਰੇ ਦਾ ਸਵਾਗਤ ਹੈ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੱਖ ਵੱਖ ਅਪਡੇਟਸ ਔਨ ਦ ਗਰਾਊਂਡ ਦਿੱਲੀ ਤੋਂ ਪੰਜਾਬ ਤੋਂ ਅੱਜ ਸਾਡੇ ਪ੍ਰੋਗਰਾਮ ਵਿੱਚ ਆਪਾਂ ਡਿਸਕਸ ਕਰਾਂਗੇ। ਅਤੇ ਜਿੱਥੇ ਔਨ ਦ ਗਰਾਊਂਡ ਦੀ ਗੱਲ ਆਉਂਦੀ ਹੈ, ਤਾਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਹਨ ਪੰਜਾਬ ਜਲੰਧਰ ਤੋਂ ਸਾਡੇ ਗੈਸਟ ਪੱਤਰਕਾਰ, ਜੋ ਸਾਨੂੰ ਨਾ ਕਿ ਸਿਰਫ ਰੀਸੈਂਟ ਡਿਵੈਲਪਮੈਂਟਸ ਦੇ ਬਾਰੇ ਥੋੜ੍ਹੀ ਜਾਣਕਾਰੀ ਪ੍ਰੋਵਾਈਡ ਕਰਨਗੇ, ਬਟ ਆਪਾਂ ਥੋੜ੍ਹੀ ਜਿਹੀ ਡਿਸਕਸ਼ਨ ਕਰਾਂਗੇ ਕਿ ਕੀ ਮਾਹੌਲ
ਉੱਥੇ ਬਣ ਰਿਹਾ ਭਾਵੇਂ ਉਹ ਮੋਰਚੇ ਦੇ ਵਿੱਚ ਹੋਏ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਇਸ ਵੇਲੇ ਅਤੇ ਉਹਨੂੰ ਅਗਰ ਆਪਾਂ ਕੰਪੇਅਰ ਕਰਨਾ ਹੋਏ ਕਿ ਇੱਥੇ ਅਬਰਾਡ ਡਾਇਸਪੋਰਾ ਦੇ ਵਿੱਚ NRIs ਦੇ ਅਮੰਗਸਟ ਭਾਵੇਂ ਉਹ US ਕੈਨੇਡਾ UK ਆਸਟ੍ਰੇਲੀਆ ਹੋਣ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਏਕਤਾ ਜਾਂ ਕਿਸ ਤਰ੍ਹਾਂ ਦੀ ਡਿਵੀਜ਼ਨਸ ਇਸ ਮੋਰਚੇ ਨੂੰ ਲੈ ਕੇ ਵੇਖਣ ਨੂੰ ਮਿਲ ਰਹੀਆਂ ਸੋ Please join me in welcoming our guest tonight, Arundeep Ji, journalist from Jalandhar, deputy news editor, Punjabi Jagran. Sab to pehle, Arundeep Ji, toda program de vich swagat, sat sri akaal. Sandhu ma'am, namaskar, sat sri akaal, adab, shukriya. Ji, thank you for joining us, Arundeep Ji. I understand ki kafi sham da utthe time ho gaya, but we appreciate ki tusi sade layi thoda jaha ajj time kadya. Sab to pehle, Jalandhar, Punjabi Jagran, to tusi sade naal jud rahe ho. Kis tarah da mahol Punjab de vich vekhan nu mil raha hai? Kuch updates captain saab nu lai ke, te Punjab de vich kis tarah COVID de halaat vad rahe hain. To is morche nu lai ke, tuhade area ch, ki kuch developments han? ਪਹਿਲੀ ਗੱਲ ਇਹ ਹੈ ਕਿ ਕੋਵਿਡ ਨੂੰ ਲੈ ਕੇ ਤਾਂ ਹਾਲਾਤ ਵੱਧ ਤੋਂ ਬਦਤਰ ਹੋ ਰਹੇ ਨੇ ਜਿਹਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਵਾਰਨਿੰਗ ਦਿੱਤੀ ਹੈ ਕੱਲ ਕਿ ਅਸੀਂ ਜੇ ਹਾਲਾਤ ਨਾ ਬਦਲੇ ਤਾਂ ਅਸੀਂ 8 ਤਰੀਕ ਨੂੰ ਜਿਹੜੀ ਦੁਬਾਰਾ ਰਿਵਿਊ ਕਰਾਂਗੇ ਕੋਵਿਡ ਨੂੰ ਲੈ ਕੇ ਉਹ ਅਸੀਂ ਸਖ਼ਤ ਪਾਬੰਦੀਆਂ ਲਾਉਣ ਲਈ ਮਜਬੂਰ ਹੋਵਾਂਗੇ ਉਹਦੇ 'ਚ ਲਾਕਡਾਊਨ ਵੀ ਹੋ ਸਕਦਾ ਹੈ ਤੇ ਹੋਰ ਚੀਜ਼ਾਂ ਵੀ ਹੋ ਸਕਦੀਆਂ ਨੇ ਪਰ ਦੂਸਰੇ ਪਾਸੇ ਜਿਹੜਾ ਕਿਸਾਨ ਅੰਦੋਲਨ ਆ ਉਹਦੇ ਤੇ ਕੋਵਿਡ ਦਾ ਕੋਈ ਅਸਰ ਨਹੀਂ ਹੋ ਰਿਹਾ ਨਾ ਕਿਸਾਨਾਂ ਤੇ ਇਹ ਕੋਈ ਅਸਰ ਦੇਖਣ ਨੂੰ ਮਿਲ ਰਿਹਾ ਤੇ ਨਾ ਹੀ ਕਿਸਾਨ ਸਮਰਥਕਾਂ ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਦੇਖਣ ਨੂੰ ਮਿਲ ਰਿਹਾ ਜੋ ਪ੍ਰੋਟੈਸਟ ਤੇ ਜੋ ਐਜੀਟੇਸ਼ਨ ਦਿੱਲੀ ਦੇ ਬਰੂਹਾਂ ਤੇ ਚੱਲ ਰਹੀ ਹੈ ਦਿੱਲੀ ਦੇ ਬਾਰਡਰਾਂ ਤੇ ਚੱਲ ਰਹੀ ਆ ਉਹ ਪੰਜਾਬ ਦੇ ਵਿੱਚ ਵੀ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਚੱਲ ਰਹੀ ਆ ਯੂਥ ਦੀ ਪਾਰਟਿਸਪੇਸ਼ਨ ਐਜ਼ ਇਟ ਇਜ਼ ਚੱਲ ਰਹੀ ਆ ਚਾਹੇ ਦਿੱਲੀ 'ਚ ਆ ਤੇ ਚਾਹੇ ਜਲੰਧਰ 'ਚ ਆ ਤੇ ਚਾਹੇ ਪੰਜਾਬ ਦੇ ਹੋਰ ਹਿੱਸਿਆਂ ਦੇ ਵਿੱਚ ਲੋਕ ਨੌਜਵਾਨ ਚੌਕਾਂ ਦੇ ਵਿੱਚ ਖੜਦੇ ਨੇ ਝੰਡੇ ਲੈ ਕੇ ਖੜਦੇ ਨੇ ਜਿੱਦਾਂ ਜਿਹਦੇ ਕੋਲ ਟਾਈਮ ਬਣਦਾ ਆ ਉਹ ਈਵਨਿੰਗ ਨੂੰ ਕਿਸੇ ਚੌਕ ਦੇ ਵਿੱਚ ਪ੍ਰੋਟੈਸਟ ਲੈ ਕੇ ਸਲੋਗਨ ਲੈ ਕੇ ਆਪਣੇ ਵਿਰੋਧ ਦਾ ਪ੍ਰਗਟਾਵਾ ਕਰ ਰਹੇ ਨੇ ਇਹ ਕੰਟੀਨਿਊ ਪ੍ਰੋਸੈਸ ਆ ਸਮਾਜ ਦੇ ਵੱਖ ਵੱਖ ਤਬਕੇ ਨੇ ਉਹਦੇ 'ਚ ਮੁਲਾਜ਼ਮ ਨੇ ਉਹਦੇ 'ਚ ਮਜ਼ਦੂਰ ਨੇ ਉਹਦੇ 'ਚ ਪੱਤਰਕਾਰ ਨੇ ਉਹਦੇ 'ਚ ਡਾਕਟਰ ਨੇ ਉਹਦੇ 'ਚ ਵਕੀਲ ਨੇ ਸੋਸਾਇਟੀ ਦਾ ਹਰ ਸੈਕਸ਼ਨ ਜਿਹੜਾ ਆ ਇਸ ਅੰਦੋਲਨ ਨੂੰ ਸਪੋਰਟ ਕਰ ਰਿਹਾ ਖਾਸ ਤੌਰ ਤੇ ਪੰਜਾਬ ਦੇ ਵਿੱਚ ਜੀ ਬਾਕੀ ਜੀ ਗੋ ਅਹੈਡ ਰੇਗਲ ਦਿੱਲੀ ਦੇ ਵਿੱਚ ਕੰਟੀਨਿਊਟੀ ਦੇ ਵਿੱਚ ਪ੍ਰੋਗਰਾਮ ਚੱਲ ਰਹੇ ਨੇ ਹਾਲਾਂਕਿ 26 ਜਨਵਰੀ ਦੀਆਂ ਘਟਨਾਵਾਂ ਨੇ ਥੋੜਾ ਜਿਹਾ ਕੁਝ ਚੀਜ਼ਾਂ ਨੂੰ ਡਿਮੋਰਲਾਈਜ਼ ਕੀਤਾ ਸੀ ਲੋਕ ਥੋੜਾ ਜਿਹਾ ਡਿਮੋਰਲਾਈਜ਼ ਹੋਏ ਸੀ ਪਰ ਰਕੇਸ਼ ਟਕੈਤ ਦੇ ਹੰਝੂਆਂ ਨੇ ਗੱਡੀ ਨੂੰ ਫਿਰ ਗੀਅਰ ਅਪ ਕਰ ਦਿੱਤਾ ਸੀਗਾ ਸੋ ਉਸ ਤੋਂ ਬਾਅਦ ਵੀ ਕਿਸਾਨਾਂ ਵੱਲੋਂ ਲਗਾਤਾਰ ਪ੍ਰੋਗਰਾਮ ਦਿੱਤੇ ਜਾ ਰਹੇ ਨੇ ਜਿਵੇਂ ਹੁਣ ਰੀਸੈਂਟਲੀ 23 ਮਾਰਚ ਨੂੰ ਨੌਜਵਾਨ ਦਿਵਸ ਮਨਾਇਆ ਗਿਆ ਸਿੰਘੂ ਤੇ ਟਿਕਰੀ ਦੇ ਵਿੱਚ ਜਿੱਥੇ ਹਜ਼ਾਰਾਂ ਨੌਜਵਾਨਾਂ ਨੇ ਭਾਗ ਲਿਆ ਤੇ ਇੱਕ ਮਿਸਾਲ ਪੇਸ਼ ਕੀਤੀ ਕਿ ਨੌਜਵਾਨ ਖੜੇ ਨੇ ਅੱਜ ਵੀ ਅੰਦੋਲਨ ਦੇ ਵਿੱਚ ਭਾਗ ਲੈ ਰਹੇ ਨੇ ਤੇ ਕੱਲ ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਸੰਘਰਸ਼ ਦੇ ਪ੍ਰੋਗਰਾਮ ਦੀ ਅਗਲੀ ਰੂਪਰੇਖਾ ਐਲਾਨੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਅਸੀਂ ਹੁਣ ਮਈ ਦੇ ਫਸਟ ਵੀਕ ਉੱਥੇ ਐਜੀਟੇਸ਼ਨ ਕਰਾਂਗੇ ਸੰਸਦ ਵੱਲ ਕੂਚ ਕਰਾਂਗੇ ਜਿਹਦਾ ਜਿਹੜਾ ਵੱਡਾ ਪ੍ਰੋਗਰਾਮ ਹੋਊਗਾ ਤੇ 26 ਵਰਗੀਆਂ ਘਟਨਾਵਾਂ ਨਾ ਵਾਪਰਨ ਉਹਦੇ ਲਈ ਅਸੀਂ ਪੁਖਤਾ ਪ੍ਰਬੰਧ ਕਰ ਰਹੇ ਹਾਂ ਕਮੇਟੀਆਂ ਬਣਾ ਰਹੇ ਹਾਂ ਤੇ ਤਾਂ ਕਿ ਕਿਸੇ ਤਰ੍ਹਾਂ ਦੀ ਨਾ ਕੋਈ ਸਰਕਾਰ ਵੱਲੋਂ ਹਿੰਸਾ ਹੋਵੇ ਨਾ ਸਾਡੇ ਜਿਹੜੇ ਵਲੰਟੀਅਰ ਨੇ ਉਹ ਕਿਸੇ ਰੂਪ 'ਚ ਬੇਕਾਬੂ ਹੋਣ ਸੋ ਇਹ ਸਾਰੇ ਕਾਸੇ ਨੂੰ ਲੈ ਕੇ ਜੋ ਵਰਤਾਰਾ ਆਇਆ ਉਹ ਕਾਫੀ ਹੈਰਾਨਕੁੰਨ ਆ ਮਤਲਬ ਜਿਹਨੂੰ ਕਹਿ ਲਿਆ ਜਾਵੇ ਕਿ ਹੈਰਾਨੀ ਵਾਲਾ ਉਹ ਇਸ ਕਰਕੇ ਆ ਕਿਉਂਕਿ ਕਿਸਾਨ ਪੂਰੇ ਅੱਜ ਵੀ ਉਤਸ਼ਾਹ ਦੇ ਵਿੱਚ ਹੈਗੇ ਨੇ ਕਿਸਾਨ ਪੂਰੀ ਤਰ੍ਹਾਂ ਜੋਸ਼ ਦੇ ਵਿੱਚ ਨੇ ਤੇ ਉਹ ਕਿਸੇ ਵੀ ਤਰ੍ਹਾਂ
ਪਿੱਛੇ ਹਟਣ ਲਈ ਤਿਆਰ ਨਹੀਂ ਹੈ ਜਿਹੜਾ ਇੱਕ ਵੇਲੇ ਲੱਗਦਾ ਸੀ ਆ ਕੇ ਜੀ 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 ਬਿਲਕੁਲ ਅਰੁਣਦੀਪ ਜੀ ਆਮ ਸੋ ਗਲੈਡ ਕਿ ਤੁਸੀਂ ਸਾਡੇ ਨਾਲ ਨਾ ਕਿ ਇਹ ਸਾਰੀ ਡਿਫਰੈਂਟ ਚੀਜ਼ਾਂ ਤੇ ਮਤਲਬ ਸ਼ੁਰੂਆਤ ਦੇ ਵਿੱਚ ਇਹਨਾਂ ਨੂੰ ਸਾਡੇ ਅੱਗੇ ਰੱਖਿਆ ਬਿਕੋਜ਼ ਦੋ ਤਿੰਨ ਚੀਜ਼ਾਂ ਮੈਂ ਥੋੜ੍ਹੀ ਗਹਿਰਾਈ ਦੇ ਵਿੱਚ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ ਇੱਕ ਤਾਂ ਜੋ ਤੁਸੀਂ ਇਹ ਵੱਖ ਵੱਖ ਅਪਡੇਟਸ ਦਿੱਤੀਆਂ ਰਾਈਟ ਕਿ ਕਿਸ ਤਰ੍ਹਾਂ ਜੋ ਇੱਕ ਮਤਲਬ ਮੋਮੈਂਟਮ ਬਣਿਆ ਹੋਇਆ ਇਸ ਮੂਵਮੈਂਟ ਦਾ ਕਿ ਉਹਨੂੰ ਰੋਕਿਆ ਨਾ ਜਾਏ ਉਹਨੂੰ ਸਲੋ ਨਾ ਕੀਤਾ ਜਾਏ ਉਹਦੇ ਲਈ ਕੀ ਕੁਛ ਅਪਡੇਟ ਇਵੈਂਟਸ ਆ ਰਹੀਆਂ ਭਾਵੇਂ ਉਹ ਇਹ ਪੈਦਲ ਮਾਰਚ ਜੋ ਅਨਾਊਂਸ ਕੀਤੀ ਗਈ ਹੈ ਸੰਯੁਕਤ ਕਿਸਾਨ ਮੋਰਚਾ ਵੱਲੋਂ ਪਹਿਲੀ ਮਈ ਦੇ ਪਹਿਲੇ ਹਫਤੇ ਦੇ ਵਿੱਚ ਹੋਏਗੀ ਮੈਨੂੰ ਉਹਨਾਂ ਨੇ ਅਪੀਲ ਕੀਤੀ ਹੈ ਸਾਰਿਆਂ ਨੂੰ ਕਿ ਤੁਸੀਂ ਆਓ ਤੁਸੀਂ ਪਹੁੰਚੋ ਦਿੱਲੀ ਪਹੁੰਚੋ ਟਰੈਕਟਰ ਆਪਣੇ ਟਰਾਲੀਆਂ ਗੱਡੀਆਂ ਲੈ ਕੇ ਅਤੇ ਉੱਥੋਂ ਆਪਾਂ ਤੁਰ ਕੇ ਚੱਲਾਂਗੇ ਪਾਰਲੀਮੈਂਟ ਦੇ ਵਿੱਚ ਇਹ ਵੱਡੀ ਨੈਕਸਟ ਅਨਾਊਂਸਮੈਂਟ ਹੈਗੀ ਵਿਸਾਖੀ ਦੀ ਸੈਲੀਬ੍ਰੇਸ਼ਨਸ ਜੋ ਤੁਸੀਂ ਕਿਹਾ ਨੌਜਵਾਨਾਂ ਦਾ ਦਿਵਸ ਇਹ ਸਾਰੀ ਚੀਜ਼ਾਂ ਰੱਖੀਆਂ ਗਈਆਂ ਸੋ ਇਹਨਾਂ ਦੇ ਬਾਰੇ ਹੀ ਗੱਲ ਕਰਾਂਗੇ ਯੂ ਨੋ ਮੈਂ ਦੋ ਚੀਜ਼ਾਂ 'ਤੇ ਸਪੈਸੀਫਿਕਲੀ ਤੁਹਾਡੇ ਨਾਲ ਫੋਕਸ ਕਰਨਾ ਚਾਹੁੰਦੀ ਕਿ ਜਿੱਥੇ ਤਾਂ ਇੱਕ ਮੋਰਚੇ ਦੀ ਗੱਲ ਆਉਂਦੀ ਹੈ ਉਹ ਤਾਂ ਇਹ ਅਪਡੇਟਸ ਯੂਨੀਅਨ ਲੀਡਰਸ ਵੱਲੋਂ ਅਨਾਊਂਸ ਕੀਤੀਆਂ ਗਈਆਂ ਸਾਡੇ ਨਾਲ ਤੁਸੀਂ ਸ਼ੇਅਰ ਕੀਤੀਆਂ ਬਟ ਦੂਜੇ ਪਾਸੇ ਜਿੱਥੇ ਲੈਜਿਸਲੇਟਿਵ ਇਹ ਹਲੇ ਵੀ ਇੱਕ ਸਟੇਲਮੇਟ ਜਾਂ ਬਣਿਆ ਹੋਇਆ ਸਿਚੁਏਸ਼ਨ ਬਣੀ ਹੋਈ ਹੈ ਕਿ ਨਾ ਸਰਕਾਰ ਵੱਲੋਂ ਕੋਈ ਜ਼ਿਆਦਾ ਮੂਵਮੈਂਟ ਹੈ ਨਾ ਕਿਸਾਨ ਯੂਨੀਅਨ ਲੀਡਰਸ ਵੱਲੋਂ ਕੋਈ ਮੂਵਮੈਂਟ ਹੈ ਕਿ ਜੋ ਲੈਜਿਸਲੇਟਿਵ ਪ੍ਰੋਬਲਮ ਹੈ ਉਹਦਾ ਹੱਲ ਕੱਢਿਆ ਜਾਏ ਸੁਪਰੀਮ ਕੋਰਟ ਨੇ ਇਹਨਾਂ ਕਾਨੂੰਨਾਂ 'ਤੇ ਸਟੇ ਪਾਈ ਸੀ ਅਤੇ ਉੱਦਾਂ ਤਾਂ 4 ਮੈਂਬਰੀ ਕਮੇਟੀ ਉਹਨਾਂ ਨੇ ਅਪੁਆਇੰਟ ਕੀਤੀ ਸੀ ਹੁਣ 3 ਮੈਂਬਰੀ ਕਮੇਟੀ ਰਹਿ ਗਈ ਹੈ ਅਤੇ ਉਹਨਾਂ ਦਾ ਵੀ ਫੈਸਲਾ ਇੱਕ ਬੰਦ ਅਨਵਲਪ ਦੇ ਵਿੱਚ ਮੰਡੇ ਨੂੰ ਸੁਪਰੀਮ ਕੋਰਟ ਤੱਕ ਪਹੁੰਚਾਇਆ ਗਿਆ ਉਹਦੀ ਵੀ ਮੈਂ ਗੱਲ ਕਰਨਾ ਚਾਹੁੰਦੀ ਹਾਂ ਕਿ ਕੀ ਮਾਇਨੇ ਉਹ ਫੈਸਲਾ ਰੱਖਦਾ ਹੈ ਕੀ ਮਾਇਨੇ ਉਹ 3 ਮੈਂਬਰੀ ਕਮੇਟੀ ਰੱਖਦੀ ਹੈ ਅਤੇ ਕੀ ਉਹਦਾ ਇੰਪੈਕਟ ਹੋ ਸਕਦਾ ਹੈ ਇਸ ਪੂਰੇ ਸੰਘਰਸ਼ ਦੇ ਵਿੱਚ ਅਤੇ ਜਿੱਥੇ ਤੁਸੀਂ ਏਕਤਾ ਦੀ ਗੱਲ ਕਰ ਰਹੇ ਹੋ ਭਾਵੇਂ ਉਹ ਨੌਜਵਾਨਾਂ ਦੀ ਹੋਏ ਵੱਖ ਵੱਖ ਯੂਨੀਅਨ ਲੀਡਰਸ ਦੀ ਹੋਏ ਪੰਜਾਬ ਹਰਿਆਣਾ ਰਕੇਸ਼ ਟਿਕੈਤ ਸਾਹਿਬ ਦੀ ਹੋਏ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਡਿਵੀਜ਼ਨਸ ਵੇਖਣ ਨੂੰ ਮਿਲ ਰਹੀਆਂ ਰਾਈਟ ਤੁਹਾਡੇ ਉੱਥੇ ਅਤੇ ਸਾਡੇ ਇੱਥੇ ਵੀ ਡਿਵੀਜ਼ਨਸ ਹੈਗੀਆਂ ਸੋ ਉਹਨਾਂ ਦੇ ਬਾਰੇ ਥੋੜ੍ਹੀ ਜਿਹੀ ਗੱਲ ਕਰਾਂਗੇ ਅਰੁਣਦੀਪ ਜੀ ਡੈਪਟੀ ਨਿਊਜ਼ ਐਡੀਟਰ ਪੰਜਾਬੀ ਜਾਗਰਣ ਜਲੰਧਰ ਤੋਂ ਸਾਡੇ ਨਾਲ ਜੁੜੇ ਹਨ ਅਰੁਣਦੀਪ ਜੀ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ ਵਿਊਅਰਸ ਤੁਸੀਂ ਵੀ ਜੁੜੋ ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰੇ ਦਾ ਸਵਾਗਤ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਅਤੇ ਗੱਲ ਹੋ ਰਹੀ ਹੈ ਕੀ ਕੁਛ ਅਪਡੇਟਸ ਹਨ ਦਿੱਲੀ ਅਤੇ ਪੰਜਾਬ ਦੇ ਵਿੱਚ ਜਿੱਥੇ ਕਿਸਾਨ ਮੋਰਚੇ ਦੀ ਗੱਲ ਆਉਂਦੀ ਹੈ ਅਤੇ ਸਾਡੇ ਨਾਲ ਜੁੜੇ ਹਨ ਔਨ ਦਾ ਗਰਾਊਂਡ ਡਿਵੈਲਪਮੈਂਟਸ ਦੱਸਣ ਲਈ ਗਰਾਊਂਡ ਤੋਂ ਡਿਪਟੀ ਨਿਊਜ਼ ਐਡੀਟਰ ਪੰਜਾਬੀ ਜਾਗਰਣ ਅਰੁਣਦੀਪ ਜੀ ਜਲੰਧਰ ਤੋਂ ਸਾਡੇ ਨਾਲ ਜੁੜ ਰਹੇ ਅਰੁਣਦੀਪ ਜੀ ਵੈਲਕਮ ਬੈਕ ਟੂ ਦਾ ਪ੍ਰੋਗਰਾਮ ਤੁਸੀਂ ਸਾਨੂੰ ਬਹੁਤ ਡਿਫਰੈਂਟ ਡਿਫਰੈਂਟ ਚੀਜ਼ਾਂ ਦੀ ਰੀਸੈਂਟ ਡਿਵੈਲਪਮੈਂਟਸ ਬਾਰੇ ਦੱਸਿਆ ਥੈਂਕ ਯੂ ਫੋਰ ਦੈਟ ਭਾਵੇਂ ਉਹ ਪੰਜਾਬ ਦੇ ਵਿੱਚ ਹੋਏ ਜਾਂ ਦਿੱਲੀ ਦੇ ਵਿੱਚ ਕਿ ਕਿਸ ਤਰ੍ਹਾਂ ਇਹ ਜੋ ਮੂਵਮੈਂਟ ਹੈਗੀ ਇਹਦਾ ਮੋਮੈਂਟਮ ਨੂੰ ਅੱਗੇ ਲੈ ਕੇ ਜਾਣ ਲਈ ਵਧਾਉਣ ਲਈ ਕੰਸਿਸਟੈਂਟ ਰੱਖਣ ਲਈ ਕੀ ਕੁਛ ਯੂਨੀਅਨ ਲੀਡਰਸ ਕਰ ਰਹੇ ਹੈ ਵੱਖ ਵੱਖ ਜਥੇਬੰਦੀਆਂ ਕਰ ਰਹੀਆਂ ਬਟ ਇਹ ਤਾਂ ਚਲੋ ਇੱਕ ਹਿੱਸਾ ਹੋ ਗਿਆ ਰਾਈਟ ਕਿ ਸੰਘਰਸ਼ ਮੋਰਚਾ ਜਿੰਦਾ ਰਹੇ ਰਾਈਟ ਜੋ ਲੈਜਿਸਲੇਟਿਵ ਬੈਟਲ ਹੈਗੀ ਬਿਕੋਜ਼ ਅਲਟੀਮੇਟਲੀ ਇਹ ਜੋ ਮਸਲਾ ਹੈ ਇਹ ਕਾਨੂੰਨਾਂ ਦਾ ਹੈ ਇਹਨੂੰ ਕਾਨੂੰਨੀ ਤੌਰ 'ਤੇ ਹੀ ਹੋਪਫੁਲੀ ਇਹਦਾ ਕੋਈ ਹੱਲ ਨਿਕਲੂਗਾ ਅਤੇ ਸੁਪਰੀਮ ਕੋਰਟ ਨੇ ਕੁਛ ਹਫ਼ਤਿਆਂ ਪਹਿਲੇ ਸਟੇਅ ਲਗਾਈ ਸੀ ਇਨ ਕਾਨੂੰਨਾਂ 'ਤੇ ਇੱਕ ਕਮੇਟੀ ਅਪੁਆਇੰਟ ਕੀਤੀ ਸੀ ਉਹਦਾ ਰੀਸੈਂਟਲੀ ਡਿਸੀਜਨ ਆਇਆ ਬਟ ਤੁਹਾਡਾ ਕਹਿਣਾ ਹੈ ਕਿ ਇਹ ਡਿਸੀਜਨ ਕੋਈ ਇੰਨੀ ਵੱਡੀ ਚੀਜ਼ ਨਹੀਂ ਹੈਗੀ ਕਿਉਂ ਤੁਸੀਂ ਇੱਦਾਂ ਮਹਿਸੂਸ ਕਰਦੇ ਹੋ ਅਸ਼ਮਿਤਾ 12 ਜਨਵਰੀ ਨੂੰ ਸੁਪਰੀਮ ਕੋਰਟ ਨੇ ਜਿਹਦੇ ਜਿਹੜਾ 3 ਮੈਂਬਰੀ ਬੈਂਚ ਸੀਗਾ ਚੀਫ ਜਸਟਿਸ ਆਫ ਇੰਡੀਆ ਐਸ ਏ ਬੋਬੜੇ ਦੀ ਅਗਵਾਈ ਦੇ ਵਿੱਚ ਜਿਹਦੇ ਵਿੱਚ ਜਸਟਿਸ ਏ ਐਸ ਬੋਪੰਨਾ ਜਸਟਿਸ ਵੀ ਰਾਮਾ ਸੁਬਰਮਣੀਅਮ ਇਹ 3 ਮੈਂਬਰੀ ਬੈਂਚ ਸੀਗਾ ਜਿਹਨੇ ਇਹ ਉਸ ਵੇਲੇ ਇਹ ਐਲਾਨ ਕੀਤਾ ਸੀਗਾ 12 ਜਨਵਰੀ ਨੂੰ ਕਿ ਕਾਨੂੰਨਾਂ ਤੇ ਫਿਲਹਾਲ ਰੋਕ ਲਾਈ ਜਾਂਦੀ ਆ ਉਹਨੂੰ ਐਗਜੀਕਿਊਟ ਨਹੀਂ ਕੀਤਾ ਜਾਊਗਾ ਉਹਨਾਂ ਤੇ ਅਮਲ ਨਹੀਂ ਕੀਤਾ ਜਾਊਗਾ ਰੋਕ ਲਾ ਕੇ ਉਹਨਾਂ ਨੇ ਇੱਕ ਕਮੇਟੀ ਬਣਾ ਦਿੱਤੀ ਸੀ 4 ਮੈਂਬਰੀ ਕਮੇਟੀ ਜਿਹਦੇ ਚ ਪ੍ਰਮੋਦ ਕੁਮਾਰ ਜੋਸ਼ੀ ਅਸ਼ੋਕ ਗੁਲਾਟੀ ਅਨਿਲ ਧਨਵਤ ਤੇ ਪੰਜਾਬ ਤੋਂ ਭੁਪਿੰਦਰ ਸਿੰਘ ਮਾਨ ਨੂੰ ਲਿਆ ਗਿਆ ਸੀ ਇਹ ਕਮੇਟੀ ਦੇ ਬਣਨ ਤੋਂ ਬਾਅਦ ਨਾਲ ਹੀ ਰੌਲਾ ਪੈ ਗਿਆ ਸੀਗਾ ਕਿ ਭੁਪਿੰਦਰ ਸਿੰਘ ਮਾਨ ਤਾਂ ਕਾਂਗਰਸ ਪੱਖੀ ਨੇ ਤੇ ਇਹ WTO ਦੇ ਜਿਹੜੀਆਂ ਗਾਈਡਲਾਈਨਸ ਨੇ ਇਹਨੂੰ ਲੈ ਕੇ ਕਿਸਾਨੀ ਨੂੰ ਲੈ ਕੇ ਖੇਤੀਬਾੜੀ ਨੂੰ ਲੈ ਕੇ ਉਹਨੂੰ ਇਹ ਤਾਂ ਮੰਨਦੇ ਆਏ ਨੇ ਸੋ ਭੁਪਿੰਦਰ ਸਿੰਘ ਮਾਨ ਤੇ ਜਦੋਂ ਰੌਲਾ ਪਿਆ ਤੇ ਭੁਪਿੰਦਰ ਸਿੰਘ ਮਾਨ ਨੇ ਹਾਲਾਂਕਿ ਭੁਪਿੰਦਰ ਸਿੰਘ ਮਾਨ ਦਾ ਇੱਕ ਬਹੁਤ ਲੰਬਾ ਚੌੜਾ ਸੰਘਰਸ਼ਾਂ ਦਾ ਇਤਿਹਾਸ ਆ 81 ਸਾਲ ਦੇ ਹੋ ਚੁੱਕੇ ਨੇ ਰਾਜ ਸਭਾ ਮੈਂਬਰ ਵੀ ਰਹੇ ਨੇ ਉਹਨਾਂ ਨੇ ਇਸ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਨੇ ਆਪਣੇ ਆਪ ਨੂੰ ਇਸ ਕਮੇਟੀ ਤੋਂ ਵੱਖ ਕਰ ਲਿਆ ਬਾਕੀ ਜਿਹੜੇ 3 ਮੈਂਬਰ ਨੇ ਉਹਨਾਂ ਤੇ ਇਲਜ਼ਾਮ ਲੱਗਦੇ ਰਹੇ ਕਿ ਉਹਨਾਂ ਨੇ ਜਿਹੜੀਆਂ
ਅਖਬਾਰਾਂ ਨੂੰ ਚੈਨਲਸ ਨੂੰ ਜਾਂ ਮੈਗਜ਼ੀਨਸ ਨੂੰ ਇੰਟਰਵਿਊਜ਼ ਦਿੱਤੀਆਂ ਨੇ ਉਹਨਾਂ ਦੇ ਵਿੱਚ ਇਹਨਾਂ ਕਾਨੂੰਨਾਂ ਦੀ ਵਕਾਲਤ ਕੀਤੀ ਆ। ਇਦਾਂ ਦੇ ਮਾਹੌਲ ਦੇ ਵਿੱਚ ਇਸ ਕਮੇਟੀ ਤੋਂ ਨਿਰਪੱਖਤਾ ਦੀ ਕੋਈ ਆਸ ਨਹੀਂ ਕੀਤੀ ਜਾਂਦੀ ਕਿ ਇਹ ਕਮੇਟੀ ਕੋਈ ਨਿਰਪੱਖ ਕੋਈ ਫੈਸਲਾ ਦਊਗੀ ਜਾਂ ਨਿਰਪੱਖ ਰਿਪੋਰਟ ਦਊਗੀ। ਹਾਲਾਂਕਿ ਕਮੇਟੀ ਨੇ ਦਾਅਵਾ ਕੀਤਾ ਆ ਕਿ ਉਹਨਾਂ ਨੇ 18 ਸੂਬਾ ਸਰਕਾਰਾਂ ਨਾਲ ਗੱਲਬਾਤ ਕੀਤੀ ਆ ਤੇ ਇਹਦੇ ਵਿੱਚ ਉਹਨਾਂ ਨੇ ਟੋਟਲ ਇਹਦੇ ਵਿੱਚ 23 ਮੀਟਿੰਗਾਂ ਕੀਤੀਆਂ ਨੇ। 23 ਮੀਟਿੰਗਾਂ ਦੇ ਕਰਨ ਦੇ ਬਾਵਜੂਦ ਇਹਨਾਂ ਮੀਟਿੰਗਾਂ ਦੇ ਵਿੱਚ ਜਿਹੜੀਆਂ ਦਿੱਲੀ ਚ ਕਿਸਾਨ ਜਥੇਬੰਦੀਆਂ ਧਰਨੇ ਪ੍ਰਦਰਸ਼ਨ ਕਰ ਰਹੀਆਂ ਨੇ, 31 ਕਿਸਾਨ ਜਥੇਬੰਦੀਆਂ ਦੇ ਵਿੱਚੋਂ ਇੱਕ ਵੀ ਕਿਸਾਨ ਜਥੇਬੰਦੀ ਜਿਹੜੀ ਆ ਇਸ ਕਮੇਟੀ ਦੇ ਸਾਹਮਣੇ ਨਹੀਂ ਪੇਸ਼ ਹੋਈ। ਕਮੇਟੀ ਨੇ ਉਦਣ ਹੀ ਐਲਾਨ ਕਰ ਦਿੱਤਾ ਸੀਗਾ ਇਸ ਕਮੇਟੀ ਦੇ ਬਾਰੇ ਚ ਸੰਯੁਕਤ ਕਿਸਾਨ ਮੋਰਚੇ ਨੇ ਕਿ ਉਹ ਇਹਨਾਂ ਇਸ ਕਮੇਟੀ ਦੀ ਵਿਧਾਨਕਤਾ ਨੂੰ ਮੰਨਦੇ ਨਹੀਂ ਆ। ਉਹ ਮੰਨਦੇ ਆ ਕਿ ਇਹ ਇੱਕ ਫਰੌਡ ਆ, ਅੱਖੀ ਘੱਟਾ ਪਾਉਣ ਦਾ ਇੱਕ ਤਰੀਕਾ ਆ, ਸੋ ਇਸ ਕਰਕੇ ਉਹ ਇਸ ਕਮੇਟੀ ਦੇ ਅੱਗੇ ਪੇਸ਼ ਨਹੀਂ ਹੋਣਗੇ। ਸੋ ਇਸ ਕਮੇਟੀ ਨੇ ਹੁਣ ਪਿਛਲੇ ਹਫ਼ਤੇ ਸੁਪਰੀਮ ਕੋਰਟ 'ਚ ਆਪਣੀ ਰਿਪੋਰਟ ਸਬਮਿਟ ਕਰਤੀ ਆ। ਉਸ ਰਿਪੋਰਟ ਤੇ ਇਹ ਮੰਨਿਆ ਜਾ ਰਿਹਾ ਕਿ ਚੀਫ ਜਸਟਿਸ ਆਫ ਇੰਡੀਆ 23 ਅਪ੍ਰੈਲ ਨੂੰ ਸੇਵਾ ਮੁਕਤ ਹੋ ਰਹੇ ਨੇ, ਰਿਟਾਇਰ ਹੋ ਰਹੇ ਨੇ, ਤੇ ਉਹਨਾਂ ਦੀ ਰਿਟਾਇਰਮੈਂਟ ਤੋਂ ਪਹਿਲਾਂ ਇਹ ਕੋਈ ਨਾ ਕੋਈ ਇਹਦੇ ਤੇ ਫੈਸਲਾ ਆਊਗਾ। ਇਹ ਇੱਕ ਅਮਿਤ ਸ਼ਾਹ ਸ਼ਬਦ ਵਰਤਦੇ ਕ੍ਰੋਨੋਲੋਜੀ, ਇਸ ਕ੍ਰੋਨੋਲੋਜੀ ਨੂੰ ਅੰਡਰਸਟੈਂਡ ਕਰਨ ਦੀ ਲੋੜ ਆ ਕਿ ਜੋ ਬਾਬਰੀ ਮਸਜਿਦ ਦੇ ਮਾਮਲੇ ਦੇ ਵਿੱਚ ਗੋਗੋਈ ਸਾਹਿਬ ਨੇ ਕੀਤਾ ਆ, ਹੋ ਸਕਦਾ ਵੀ ਐਸੇ ਬੋਬੜੇ ਸਾਹਿਬ ਜਿਹੜੇ ਚੀਫ ਜਸਟਿਸ ਆਫ ਇੰਡੀਆ ਆ ਉਹ ਇਸ ਮਾਮਲੇ ਦੇ ਵਿੱਚ ਵੀ ਉਹ ਇਤਿਹਾਸ ਨੂੰ ਕਿਤੇ ਰਿਪੀਟ ਨਾ ਕਰਨ, ਕਿਉਂਕਿ ਬੋਬੜੇ ਸਾਹਿਬ ਦੇ ਬਾਰੇ ਚ ਵੀ ਇਹ ਕਿਹਾ ਜਾਂਦਾ ਕਿ ਉਹਨਾਂ ਦਾ ਜਿਹੜਾ ਆ ਪਿੱਠ ਭੂਮੀ ਆ ਕਿਤੇ ਨਾ ਕਿਤੇ ਜਾ ਕੇ ਆਰਐਸਐਸ ਦੇ ਨਾਲ ਜੁੜਦੀ ਆ। ਸੋ ਇਸ ਕਰਕੇ ਇਹ ਜਿਹੜੀਆਂ ਕੰਸਟੀਟਿਊਸ਼ਨਲ ਇੰਸਟੀਟਿਊਸ਼ਨ ਨੇ ਇਹਨਾਂ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਉਹਨਾਂ ਦੀ ਕ੍ਰੈਡੀਬਿਲਟੀ ਵੀ ਸਟੇਕ ਤੇ ਲੱਗੀ ਹੋਈ ਆ ਪੂਰੀ ਤਰ੍ਹਾਂ। ਉਹ ਚਾਹੇ ਸੁਪਰੀਮ ਕੋਰਟ ਆ ਤੇ ਚਾਹੇ ਕੋਈ ਜਿਹੜੀਆਂ ਬਾਕੀ ਸੰਸਥਾਵਾਂ ਨੇ, ਉਹ ਸਾਰੇ ਪਾਸੇ ਇਹੀ ਹੀ ਹਾਲ ਹੈਗਾ ਆ। ਅਰੁਣਦੀਪ ਜੀ ਇੱਥੇ ਜ਼ਰੂਰ ਇਹ ਸਵਾਲ ਬਣਦਾ ਹੈ ਕਿ ਯੂ ਨੋ ਇੰਡੀਆ ਆਪਣੇ ਆਪ ਨੂੰ ਨਹੀਂ, ਇੰਡੀਆ ਦੀ ਜੋ ਦੁਨੀਆ ਦੇ ਵਿੱਚ ਆਈਡੈਂਟੀ ਇਮੇਜ ਬਣੀ ਹੋਈ ਹੈ ਹਲੇ ਤੱਕ ਦੁਨੀਆ ਦੀ ਸਭ ਤੋਂ ਵੱਡੀ ਡੈਮੋਕਰੇਸੀ ਦੀ ਬਣੀ ਹੋਈ ਹੈ, ਤੇ ਡੈਮੋਕਰੇਸੀ ਇੱਕ ਹੈਲਦੀ ਡੈਮੋਕਰੇਸੀ ਦੀ ਫੰਕਸ਼ਨਿੰਗ ਲਈ ਇਹ ਬਹੁਤ ਜ਼ਰੂਰੀ ਹੁੰਦਾ ਕਿ ਉਹਦੀ ਇੰਸਟੀਟਿਊਸ਼ਨਸ ਖਾਸ ਕਰਕੇ ਜੁਡੀਸ਼ੀਅਰੀ ਇੰਡੀਪੈਂਡੈਂਟ ਅਤੇ ਓਬਜੈਕਟਿਵ ਹੋਵੇ। ਅਤੇ ਇਹ ਜੋ 3 ਮੈਂਬਰੀ ਕਮੇਟੀ ਹੈ, ਭਾਵੇਂ ਕਿਸਾਨ ਬਿੱਲਸ ਨੂੰ ਲੈ ਕੇ, ਕਾਨੂੰਨਾਂ ਨੂੰ ਲੈ ਕੇ ਜਦੋਂ ਗੱਲ ਆਉਂਦੀ ਹੈ ਜਾਂ ਵੱਖ ਵੱਖ ਜੋ ਲੀਗਲ ਇਹਨਾਂ 'ਤੇ ਡਿਸੀਜਨਸ ਹੋ ਰਹੇ ਹਨ, ਲੀਗਲ ਐਕਸ਼ਨ ਲਿੱਤਾ ਜਾ ਰਿਹਾ, ਉਹਦੀ ਓਬਜੈਕਟਿਵਿਟੀ ਬਾਰੇ ਤੁਸੀਂ ਕੀ ਕਹਿ ਸਕਦੇ ਹੋ? ਅਤੇ ਇਸ ਵੇਲੇ ਉਸ ਓਬਜੈਕਟਿਵਿਟੀ ਦਾ ਹੋਣਾ ਜਾਂ ਨਾ ਹੋਣਾ ਇੰਡੀਆ ਦੀ ਡੈਮੋਕਰੈਟਿਕ ਆਈਡੈਂਟੀ 'ਤੇ ਕਿਸ ਤਰ੍ਹਾਂ ਦੀ ਤੁਸੀਂ ਕਹਿ ਲਓ ਸ਼ੇਡ ਪਾਉਂਦਾ ਹੈ? ਅਸ਼ਮਿਤਾ, ਇੰਡੀਅਨ ਡੈਮੋਕਰੇਸੀ ਦੇ ਬਾਰੇ 'ਚ ਪਿਛਲੇ ਦਿਨਾਂ ਦੇ ਵਿੱਚ ਇੱਕ ਸਰਵੇ ਆਇਆ, ਇੰਟਰਨੈਸ਼ਨਲੀ ਸਰਵੇ ਹੋਇਆ, ਦੁਨੀਆ ਦੀਆਂ ਅਲੱਗ ਅਲੱਗ ਡੈਮੋਕਰੇਸੀ ਤੇ ਗੱਲ ਕੀਤੀ ਗਈ, ਜਿਹਦੇ ਵਿੱਚ ਇਹ ਮੰਨਿਆ ਗਿਆ ਕਿ 2014 ਤੋਂ ਬਾਅਦ ਭਾਰਤੀ ਡੈਮੋਕਰੇਸੀ ਉਹ ਨਹੀਂ ਰਹੀ ਜੋ 2014 ਤੋਂ ਪਹਿਲਾਂ ਸੀਗਾ। ਇੰਡੀਅਨ ਡੈਮੋਕਰੇਸੀ ਖਤਰੇ ਦੇ ਵਿੱਚ ਆ। ਬੇਸਿਕਲੀ ਡੈਮੋਕਰੇਸੀ ਦੇ ਜਿਹੜੇ 4 ਥੰਮ ਹੁੰਦੇ ਨੇ, 4 ਪਿਲਰ ਹੁੰਦੇ ਨੇ, ਉਹਦੇ ਵਿੱਚ ਜੁਡੀਸ਼ਰੀ, ਉਹਦੇ ਵਿੱਚ ਕਾਰਜਪਾਲਿਕਾ ਵਿਧਾਨ ਪਾਲਿਕਾ ਤੇ ਪ੍ਰੈਸ, ਇਹ ਸਾਰਿਆਂ ਦੀ ਜਿਹੜੀ ਫੰਕਸ਼ਨਿੰਗ ਹੈ ਇਸ ਵੇਲੇ ਪੂਰੀ ਤਰ੍ਹਾਂ ਪ੍ਰਭਾਵਿਤ ਆ, ਸਾਰੀਆਂ ਇਹ ਸਟੇਕ ਤੇ ਲੱਗਾ ਹੋਇਆ। ਹੁਣ ਰਹੀ ਗੱਲ ਜੇ ਆਪਾਂ ਸਿਰਫ ਜੁਡੀਸ਼ਰੀ ਦੀ ਗੱਲ ਕਰਨੀ ਹੋਵੇ, ਜੁਡੀਸ਼ਰੀ ਦੇ ਵਿੱਚ ਬਾਰੇ ਚ ਬਹੁਤ ਪਹਿਲਾਂ ਤੋਂ ਇਹ ਕਿਹਾ ਜਾਣ ਲੱਗ ਪਿਆ ਸੀਗਾ ਕਿ ਜੁਡੀਸ਼ਰੀ ਇਸ ਵੇਲੇ ਖਤਰੇ ਦੇ ਵਿੱਚ ਹੈਗੀ ਆ। ਸੁਪਰੀਮ ਕੋਰਟ ਦੇ ਬਹੁਤ ਫੇਮਸ ਵਕੀਲ ਨੇ ਪ੍ਰਸ਼ਾਂਤ ਭੂਸ਼ਣ, ਜਿਹੜੇ ਜਿਨ੍ਹਾਂ ਨੇ ਵੱਖ ਵੱਖ ਇਸ਼ੂਸ ਤੇ ਬਹੁਤ ਵੱਡੇ ਕੇਸ ਲੜੇ ਨੇ, 2G ਸਕੈਮ ਵਰਗੀਆਂ ਨੂੰ ਕੀਤਾ ਸੀ, ਫਿਰ ਕਰਨਾਟਕ ਦੇ ਵਿੱਚ ਜਿਹੜੇ ਕੋਲ ਮਾਈਨਿੰਗ ਨੂੰ ਲੈ ਕੇ ਉਹਨਾਂ ਨੇ ਸਕੈਮ ਕੱਢੇ ਸੀਗੇ, ਉਹਨਾਂ ਨੂੰ ਸੁਪਰੀਮ ਕੋਰਟ ਤੱਕ ਫਾਈਟ ਕੀਤਾ। ਉਹਨਾਂ ਦਾ ਇਹ ਕਹਿਣਾ ਵੀ ਭਾਰਤੀ ਜਿਹੜੀ ਸੁਪਰੀਮ ਕੋਰਟ ਆ ਇਸ ਵੇਲੇ ਖਤਰੇ ਦੇ ਵਿੱਚ ਹੈਗਾ ਆ, ਇਹਨੂੰ ਬਚਾਉਣ ਦੀ ਲੋੜ ਆ। ਹਾਲਾਂਕਿ ਇਹਦੇ ਲਈ ਉਹਨਾਂ ਤੇ ਮਾਣਹਾਨੀ ਦੇ ਵੀ ਕੇਸ ਕੀਤੇ ਗਏ ਤੇ ਹੋਰ ਗੱਲਾਂ ਵੀ ਉਹਨਾਂ ਨੂੰ ਭੁਗਤਣੀਆਂ ਪਈਆਂ। ਇਹਦੀ ਇੱਕ ਐਗਜ਼ਾਮਪਲ ਆਪਾਂ ਇਸ ਕਿਸਾਨਾਂ ਵਾਲੇ ਇਸ਼ੂ ਤੇ ਹੋਰ ਦੇਖ ਸਕਦੇ ਹਾਂ। ਜਦੋਂ ਸੁਪਰੀਮ ਕੋਰਟ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਕੇਸ ਜਿਹੜੇ ਆ ਕਿਸਾਨ ਮੂਵਮੈਂਟ ਨੂੰ ਲੈ ਕੇ ਫਾਈਲ ਹੋਏ, ਤਾਂ ਉਹਦੇ ਵਿੱਚ ਇੱਕ ਕੇਸ ਇਹ ਵੀ ਸੀਗਾ ਕਿ ਜਿਹੜੇ ਇਹ ਜਿਹੜੇ
ਕਾਨੂੰਨ ਨੇ ਇਹਨਾਂ ਦੀ ਵਿਧਾਨਕਤਾ ਜਾਂਚੀ ਜਾਵੇ। ਇਹ 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 ਲੈਜਿਸਲੇਟਿਵ ਹੈਗੇ ਆ ਜਾਂ ਨਹੀਂ ਹੈਗੇ, ਇਹ ਇਹਨਾਂ ਨੂੰ ਪਰਖਿਆ ਜਾਵੇ। ਜਿਹਦੇ ਤੇ ਸੁਪਰੀਮ ਕੋਰਟ ਨੇ ਸਾਫ਼ ਕਹਿਤਾ ਵੀ ਅਸੀਂ ਇਹਨਾਂ ਦੀ ਵਿਧਾਨਕਤਾ ਨਹੀਂ ਪਰਖਣੀ, ਇਹ ਕਾਨੂੰਨ ਗਲਤ ਆ ਜਾਂ ਠੀਕ ਹੈ, ਅਸੀਂ ਇਹ ਕੋਈ ਫੈਸਲਾ ਨਹੀਂ ਦੇਵਾਂਗੇ, ਅਸੀਂ ਸਿਰਫ ਇਹ ਦੇਖਾਂਗੇ ਕਿ ਇਹ ਕਾਨੂੰਨਾਂ ਨੂੰ ਲੈ ਕੇ ਇਸ ਸੰਘਰਸ਼ ਨੂੰ ਲੈ ਕੇ ਹੋਰ ਬਿਹਤਰ ਕੀ ਹੋ ਸਕਦਾ, ਇਸ ਮਸਲੇ ਦਾ ਹੱਲ ਕਿੱਦਾਂ ਕੱਢਿਆ ਜਾ ਸਕਦਾ। ਸੁਪਰੀਮ ਕੋਰਟ ਦੀ ਜਿਹੜੀ ਭੂਮਿਕਾ ਆ, ਅਸਲ ਦੇ ਵਿੱਚ ਜਿਹੜੀ ਭੂਮਿਕਾ ਹੋਣੀ ਚਾਹੀਦੀ ਹੈ, ਉਹ ਕਿਤੇ ਨਾ ਕਿਤੇ ਦਾ ਤੇ ਲੱਗੀ ਹੋਈ ਹੈ। ਸੁਪਰੀਮ ਕੋਰਟ ਨੂੰ ਆਪਣਾ ਰੋਲ ਪਛਾਣਨ ਤੋਂ ਵੀ ਇਸ ਵੇਲੇ ਇਨਕਾਰੀ ਹੋਈ ਹੈ, ਇੱਦਾਂ ਮੰਨਿਆ ਜਾ ਰਿਹਾ ਜਾਂ ਇੱਦਾਂ ਕਿਹਾ ਜਾ ਰਿਹਾ ਮੁਲਕ ਦੇ ਵਿੱਚ। ਸੋ ਇਹ ਇੱਕ ਮੋਟੇ ਰੂਪ ਚ ਕਿਸਾਨ ਅੰਦੋਲਨ ਦੇ ਸੰਦਰਭ ਚ ਇਹਨੂੰ ਸਮਝਿਆ ਜਾ ਸਕਦਾ। ਬਾਕੀ ਬਹੁਤ ਸਾਰੇ ਕੇਸ ਨੇ, ਚਾਹੇ ਉਹ ਰਫਾਇਲ ਨੂੰ ਲੈ ਕੇ ਹੈਗਾ ਆ, ਚਾਹੇ ਉਹ ਬਾਬਰੀ ਮਸਜਿਦ ਨੂੰ ਲੈ ਕੇ ਹੈਗਾ, ਚਾਹੇ ਅਡਵਾਨੀ ਹੋਰਾਂ ਦੇ ਬਰੀ ਹੋਣ ਨੂੰ ਲੈ ਕੇ ਹੈਗਾ। ਇਹ ਇਹਨਾਂ ਕੇਸਾਂ ਦੀ ਇੱਕ ਲੰਬੀ ਫਹਿਰਿਸਤ ਆ ਜਿਹਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੁਡੀਸ਼ਰੀ ਕਿੱਥੇ ਖੜੀ ਆ। ਜੀ ਅਸ਼ਮਿਤ। ਅਰੁਣਦੀਪ ਜੀ, ਤੁਹਾਨੂੰ ਲੱਗਦਾ ਹੈ, ਜੋ ਸਾਰੇ ਮੈਂ ਕਹਾਂਗੀ ਸਪੈਕਟੇਟਰਸ ਹੈਗੇ, ਖਾਸ ਕਰਕੇ ਜੋ ਸਾਡੇ ਅਬਰੋਡ ਦੇ ਐਨਆਰਆਈਜ਼ ਵੇਖ ਰਹੇ ਆ ਦੂਰੋਂ ਕਿ ਇਹ ਸੰਘਰਸ਼ ਕਿਸ ਤਰ੍ਹਾਂ ਪਲੇ ਆਊਟ ਹੋਏਗਾ, ਕੀ ਇਹਦਾ ਅੰਤ ਹੋਏਗਾ ਅਤੇ ਕਦੋਂ ਇਹਦਾ ਹੱਲ ਕੋਈ ਨਿਕਲੂਗਾ, ਤੁਹਾਨੂੰ ਲੱਗਦਾ ਕਿ ਐਕਸਪੈਕਟੇਸ਼ਨਸ ਆਪਾਂ ਰੱਖ ਸਕਦੇ ਹਾਂ ਕਿ ਜੁਡੀਸ਼ੀਅਰੀ ਜਾਂ ਕੋਰਟਾਂ ਦੇ ਰਾਹੀਂ ਕੋਈ ਹੱਲ ਇਸ ਮਸਲੇ ਦਾ ਨਿਕਲ ਸਕਦਾ ਹੈ ਜਾਂ ਤੁਹਾਡੇ ਖਿਆਲ 'ਚ ਨਹੀਂ? ਦੇਖੋ, ਮੈਨੂੰ ਜੋ ਲੱਗਦਾ ਆ ਕਿ ਜੇ ਇਹਦਾ ਕੋਈ ਹੱਲ ਨਿਕਲਣਾ ਹੁੰਦਾ, ਜੁਡੀਸ਼ਰੀ ਨੇ ਆਪਣੀ ਫੇਥ ਜਾਂ ਆਪਣੀ ਕ੍ਰੈਡੀਬਿਲਟੀ ਬਣਾਈ ਹੁੰਦੀ, ਬਣੀ ਹੁੰਦੀ, ਮੇਨਟੇਨ ਹੁੰਦੀ, ਸ਼ਾਇਦ ਕਿਸਾਨ ਆਰਗੇਨਾਈਜੇਸ਼ਨਾਂ ਸੁਪਰੀਮ ਕੋਰਟ 'ਚ ਚਲੀਆਂ ਜਾਂਦੀਆਂ, ਉਹ ਸ਼ਾਇਦ ਇਸ ਕਮੇਟੀ ਅੱਗੇ ਵੀ ਪੇਸ਼ ਹੋ ਜਾਂਦੇ। ਸੋ ਉਹਨਾਂ ਨੇ ਪਹਿਲਾਂ ਹੀ ਇਸ ਗੱਲ ਨੂੰ ਤੋਂ ਇਨਕਾਰ ਕਰ ਦਿੱਤਾ ਵੀ ਉਹ ਅਦਾਲਤ ਦਾ ਦਰਵਾਜ਼ਾ ਨਹੀਂ ਖੜਕਾਉਣਗੇ। ਇਸੇ ਕਰਕੇ ਇੱਕ ਵੀ ਕਿਸਾਨ ਜਥੇਬੰਦੀ ਜਿਹੜੀ ਆ ਉਹ ਕੋਰਟ ਦੇ ਵਿੱਚ ਨਹੀਂ ਗਈ, 31 ਕਿਸਾਨ ਆਰਗੇਨਾਈਜੇਸ਼ਨਾਂ ਦੇ ਵਿੱਚੋਂ ਇੱਕ ਵੀ ਨਹੀਂ ਗਈ। ਹਾਲਾਂਕਿ ਜਿਹੜੀਆਂ ਸਰਕਾਰ ਪੱਖੀ ਆਰਗੇਨਾਈਜੇਸ਼ਨਾਂ ਨੇ ਜਿਵੇਂ BKU, ਭਾਨੂ ਵਗੈਰਾ ਨੇ, ਇਹ ਇਹਨਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਆ, ਪਰ ਕਿਸਾਨਾਂ ਨੇ ਨਹੀਂ ਖੜਕਾਇਆ। ਉਹ ਕਹਿੰਦੇ ਵੀ ਅਸੀਂ ਸੰਘਰਸ਼ ਦੇ ਵਿੱਚ ਯਕੀਨ ਰੱਖਦੇ ਹਾਂ, ਸੰਘਰਸ਼ ਦੇ ਨਾਲ ਹੀ ਕੋਈ ਹੱਲ ਨਿਕਲਣਾ ਆ, ਅਦਾਲਤਾਂ ਦੇ ਥਰੂ ਹੱਲ ਨਹੀਂ ਨਿਕਲਣਾ। ਸੋ ਇਹ ਕ੍ਰੈਡੀਬਿਲਟੀ ਬਣ ਚੁੱਕੀ ਆ। ਰਹੀ ਗੱਲ ਕਿਸਾਨ ਸੰਘਰਸ਼ ਕਿਸ ਮੋੜ ਤੇ ਜਾ ਕੇ ਖਤਮ ਹੋਊਗਾ, ਕਿੱਧਰ ਨੂੰ ਜਾਊਗਾ, ਇਹ ਬਹੁਤ ਪਹਿਲਾਂ ਦੀ ਗੱਲ ਆ, ਪਰ ਜੋ ਇੰਪੋਰਟੈਂਟ ਗੱਲ ਆ ਵੀ ਪੰਜਾਬੀਆਂ ਦਾ ਇੱਕ ਸੁਭਾਅ ਆ, ਇੱਕ ਕਰੈਕਟਰ ਆ ਸਾਡੇ ਲੋਕਾਂ ਦਾ, ਕਿਸਾਨੀ ਦੇ ਹੀ ਇੱਕ ਕਰੈਕਟਰ ਆ ਕਿ ਲੜਨਾ ਇੰਪੋਰਟੈਂਟ ਆ, ਲੜਨਾ ਹੀ ਅਹਿਮ ਆ, ਜਿੱਤ ਹਾਰ ਬਾਅਦ ਦੀ ਗੱਲ ਆ। ਸੋ ਇਸ ਗੱਲ ਕਰਕੇ ਉਸ ਆਸ਼ੇ ਦੇ ਨਾਲ, ਉਸ ਉਮੀਦ ਦੇ ਨਾਲ ਕਿਸਾਨ ਲੱਗੇ ਹੋਏ ਨੇ, ਇਹ ਬਹੁਤ ਵੱਡੀ ਗੱਲ ਆ, ਇਹਦੀ ਤਾਰੀਫ ਕਰਨੀ ਬਣਦੀ ਆ। ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਕਿਸਾਨ ਆਰਗੇਨਾਈਜੇਸ਼ਨਾਂ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਸੀਗਾ ਵੀ 6-6 ਮਹੀਨੇ ਜਾਂ ਸਾਲ ਇਹ ਚੱਲੂਗਾ, ਪਰ ਹੁਣ ਕਿਸਾਨ ਆਰਗੇਨਾਈਜੇਸ਼ਨਾਂ ਮੈਂਟਲੀ ਪ੍ਰਿਪੇਅਰ ਨੇ ਵੀ ਇਹ ਜੇ 4 ਸਾਲ ਚੱਲੂਗਾ ਤੇ ਉਹ ਚਲਾਉਣਗੇ। ਇਹ ਮਤਲਬ ਹਾਲਤ ਇੱਥੇ ਤੱਕ ਪਹੁੰਚ ਚੁੱਕੀ ਆ। ਇਸੇ ਕਰਕੇ ਫਿਲਹਾਲ ਜਿਹੜੀ ਵੇਟ ਕੀਤੀ ਜਾ ਰਹੀ ਆ ਉਹ ਜਿਹੜੀ ਆ 5 ਸਟੇਟਾਂ ਦੀ ਜਿਹੜੀ ਇਲੈਕਸ਼ਨ ਹੋ ਰਹੀ ਆ, ਬੰਗਾਲ, ਤਮਿਲਨਾਡੂ, ਪੁਡੂਚੇਰੀ, ਕੇਰਲ, ਸਟੇਟਾਂ ਵਿੱਚ ਜਿਹੜੀ ਇਲੈਕਸ਼ਨ ਹੋ ਰਹੀ ਆ ਉਹਨਾਂ ਉਹਦੇ ਵਿੱਚ ਜਾ ਕੇ ਕਿਸਾਨ ਆਰਗੇਨਾਈਜੇਸ਼ਨ ਵੱਲੋਂ ਐਂਟੀ ਸਰਕਾਰ ਕੰਪੇਨ ਚਲਾਈ ਜਾ ਰਹੀ ਹੈ, ਐਂਟੀ BJP ਕੰਪੇਨ ਚਲਾ ਰਹੀ ਹੈ, ਜਿਹੜੀ ਇੱਕ ਵੱਡੀ ਗੱਲ ਆ। ਸੋ ਇਹ ਮੰਨਿਆ ਜਾ ਰਿਹਾ ਵੀ ਸ਼ਾਇਦ ਇਹਨਾਂ ਇਲੈਕਸ਼ਨਸ ਤੋਂ ਬਾਅਦ ਕਿਸੇ ਕੋਈ ਗੱਲ ਕਿਸੇ ਪਾਸੇ ਨੂੰ ਤੁਰੇ। ਜੀ ਜੀ, ਆਈ ਐਮ ਗਲੈਡ ਤੁਸੀਂ ਇਹ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ। ਇਟਸ ਵੈਰੀ ਇੰਪੋਰਟੈਂਟ ਟੂ ਨੋਟ ਕਿ ਕੀ ਕਿਸ ਡਾਇਰੈਕਸ਼ਨ ਦੇ ਵਿੱਚ ਲੀਡਰਸ਼ਿਪ ਇਸ ਸੰਘਰਸ਼, ਇਸ ਮੋਰਚੇ, ਇਸ ਮੂਵਮੈਂਟ ਨੂੰ ਲੈ ਕੇ ਜਾ ਰਹੀ ਹੈ। ਅਰੁਣਦੀਪ ਜੀ, ਇੱਕ ਹੋਰ ਛੋਟੀ ਜਿਹੀ ਬ੍ਰੇਕ ਲਈ ਇੱਥੇ ਰੁਕਣਾ ਪੈ ਰਿਹਾ। ਵਿਊਅਰਸ, ਕਿੱਥੇ ਨਾ ਜਾਓ, ਗੱਲ ਕਰਾਂਗੇ ਕਿਸ ਤਰ੍ਹਾਂ ਦੀ ਏਕਤਾ ਅਤੇ ਕਿਸ ਤਰ੍ਹਾਂ ਦੇ ਡਿਵੀਜ਼ਨਸ ਇਸ ਵੇਲੇ ਮੋਰਚੇ ਨੂੰ ਖਤਰੇ 'ਚ ਪਾ ਰਹੇ ਆ ਜਾਂ ਸਟਰੈਂਥਨ ਕਰ ਰਹੇ ਆ। ਬ੍ਰੇਕ ਤੋਂ ਉਸ ਬਾਅਦ ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਇਆ। ਗੱਲ ਹੋ ਰਹੀ ਹੈ ਕਿ ਕੁਛ ਅਪਡੇਟਸ ਦਿੱਲੀ ਪੰਜਾਬ ਕਿਸਾਨ ਮੋਰਚੇ ਤੋਂ, ਅਤੇ ਜਿੱਥੇ ਮੋਰਚੇ ਦੀ ਸਟਰੈਂਥ ਦੀ ਗੱਲ ਆਉਂਦੀ ਹੈ ਕਿ ਡਿਵੀਜ਼ਨਸ ਉਹਨੂੰ ਖਤਰੇ 'ਚ ਪਾ ਰਹੇ ਆ, ਭਾਵੇਂ ਉਹ ਡਿਵੀਜ਼ਨਸ ਉੱਥੇ ਸਾਨੂੰ ਦਿੱਲੀ ਪੰਜਾਬ ਦੇ ਵਿੱਚ ਵੇਖਣ ਨੂੰ ਮਿਲ ਰਹੇ ਜਾਂ ਇੱਥੇ ਅਬਰੋਡ, ਬਿਕਾਜ਼ NRIs ਦੀ ਸਪੋਰਟ ਅਨਡਾਊਟੇਬਲੀ
इस संघर्ष नूं किन्ने वड्डे लैवल ते इस वेले हैल्प कर रही है सारिआं नूं पता है, पर जो NRIs हन उहनां दे विच भी कुछ इहो जिहे डिविजनस हैगे जो इस सपोर्ट नूं वंड रहे है एक पासे या दूजे पासे। उन सारी चीज़ां दी गल करन लई सानूं जॉइन कर रहे अज जलंधर तों अरुणदीप जी, डिप्टी न्यूज़ एडिटर पंजाबी जागरण। एक बार फिर अरुणदीप जी, वेलकम बैक टू द प्रोग्राम। तुसीं सानूं बहुत वधिया तरीके नाल वक्त वक्त अपडेट्स दित्तियां, ते अज दी डेट दे विच जिथे हर एक कोई इह सोच रहा कि की हल होएगा इस इन्ने वड्डे मसले दा, पूरी दुनिया दी नज़र हैगी इंडिया ते दिल्ली ते पंजाब ते, सारे सोच रहे हैं कि की कोर्ट्स, की लैजिस्लेटिव, की जुडिशल जो हैगा जरिया कोई हल प्रोवाइड कर सकता है तुहाडे ख्याल च? नॉट नेसेसरली, बट जिस तरह तुसी बहुत वधिया तरीके नाल कहा जो किसान दी, खास करके एक पंजाबी दी, एक सिख दी नेचर है कि लड़ना जरूरी है, चढ़दी कला च रहना, भावें जित होए हार होए, वो माहौल डेफिनेटली ग्राउंड ते हुण बन गया कि लोग लंबे समय लई मैंटली प्रिपेयर हो चुके हैं, हुण फिजिकली भी प्रिपरेशन्स वेखन नूं मिल रही हैं, भावें वह पक्के रहन दे अरेंजमेंट्स होन, बांस दे शेल्टर्स होन, गर्मी नूं जिदा कहिंदे ना कॉम्बैट करन लई AC ट्रॉलियां होन, सो यू नो लंबे समय लई डेफिनेटली तैयारियां हो रही हैं। बट अज की डेट दे विच की कुछ खतरे हैं, की कुछ डिविजन्स वेखन नूं मिल रही हैं? सब तो लेटेस्ट अपडेट कि संयुक्त किसान मोर्चा ने, किसान लीडरशिप ने लखे सदाने नूं एक बारी फिर एक्सैप्ट कर लिया है, उन्हूं वेलकम किया वापस कि अगर वो आके बोलूगा उन्हूं टाइम दिता जाऊगा, तो अगर उन्हूं अरैसट किया जाता है या अरैसट करने की कोशिश की जाती है तो किसान मोर्चा वो पिछे खड़े है। तो जिथे लखा सदाना तो हुंदीप सिद्धू जी की बेल हीयरिंग हुने पोस्टपोन हुई है, इन्हां दी गल आती है, किस तरह का माहौल ऑन द ग्राउंड बनया है? ये चीज़ कोई कोई वड्डे लैवल का खतरा पोज करता इस मोर्चे नूं या तुहाडे ख्याल च नॉट सो मच? पहली गल अश्विता, दिखण वाली गल यह आ कि जिदन अंदोलन स्टार्ट होया दिल्ली दीआं बरूहां ते जाण तों पहलां भी पंजाब दे विच 31 ऑर्गेनाइजेशनस कट्ठियां सीगियां। उन्हां ने पंजाब दे विच 3 महीने तक रेलवे लाइनां ते किसानां नूं स्ट्रगल दे विच पाई रख्या जी, उन्हां ने इस स्ट्रगल नूं लीड कीता, ओह सैपरेट नहीं होए। दूजी गल, जदों दिल्ली जा बैठे उतो लैके अज तक भी 31 ऑर्गेनाइजेशन संयुक्त किसान मोर्चे के बैनर हेठ अज भी कट्ठियां ने, यह बहुत वड्डी गल है। 7 महीने 31 किसान जथेबंदियां जिहदे च कोई लैफ्ट नूं बिलोंग करता, कोई राइट नूं बिलोंग करता, कोई कांग्रेस पक्षी आ, कोई अकाली पक्षी आ, कोई किसी पक्षी आ, कोई किसी पक्षी आ। सो दैट यह एक बहुत इंपॉर्टेंट गल है भी 31 किसान ऑर्गेनाइजेशन स्टिल यूनाइट ने। संयुक्त किसान मोर्चे दे विच डेमोक्रेटिकली फैसले लाए जा रहे ने, जिहड़ा के आम तौर ते जदों राय नहीं मिलदी ते कोई अपनी वक्री पीपनी वजाउण लग पैंदा आ, कोई वखरा रौला पाउण लग पैंदा भई ये मेरी गल नहीं सुन ले, मैं चला मोर्चे तो बाहर। पर आद ये बन चुके ने भी कोई भी इस करके मोर्चे तो बाहर नहीं जा रहा कि नहीं यार ठीक है मतभेद होंदे घर दे विच भी मतभेद होंदे आ, पर जो बहुत संमति दे नाल फैसला लेके वो उन्हां चीज़ां नूं अमल दे विच लिया रहे ने, वड्डी गल ए आ। रही गल दूजी दीप सिद्धू ते लखा सदाण वाली, दीप सिद्धू दी कल जिहड़ी बेल एप्लीकेशन सीगी ओह दूसरी कोर्ट च ट्रांसफर हो गई, ओहदे विच दूसरे जज कोल गई आ, ओहदे ते आउण वाले दिनां च फैसला आऊगा। जज दा इह कहिणा सी कि 26 जनवरी दीआं ज्यादातर घटनावां जिहड़ियां दूसरे जज ने देखियां ने, इस करके इह मामला वी उहनां कोल दे दित्ता जावे। सो दीप सिद्धू तां अंदर आ, उहनां दे बाहर कदों आउणगे इह बाद दी गल आ, जमानत मिलदी आ कि नहीं मिलदी, जमानत दे लई उहनां दा इह कहिणा कि उहनां ने किसे तरां दी कोई हिंसा नहीं भड़काई, कोई लोकां नूं एजीटेट नहीं कीता, उह दावा करदे ने। ਹੁਣ ਰਹੀ ਗੱਲ ਲੱਖਾ ਸਧਾਣਾ ਦੀ, ਲੱਖਾ ਸਧਾਣਾ ਤੇ ਦੀਪ ਸਿੱਧੂ ਨੂੰ ਲੈ ਕੇ ਜਦੋਂ 26 ਜਨਵਰੀ ਦਾ ਘਟਨਾਕ੍ਰਮ ਹੋਇਆ ਉਸ ਤੋਂ ਬਾਅਦ ਕਿਸਾਨ ਲੀਡਰਾਂ ਨੇ ਸਟੇਜ ਤੋਂ ਨਾਰੇ ਲਾਏ ਕਿ ਦੀਪ ਸਿੱਧੂ ਤੇ ਲੱਖਾ ਸਧਾਣਾ ਮੁਰਦਾਬਾਦ। 31 ਕਿਸਾਨ ਜਥੇਬੰਦੀਆਂ ਦੇ ਇੱਕ ਸੈਕਸ਼ਨ ਨੇ ਉਹਨਾਂ ਦਾ ਵਿਰੋਧ ਕੀਤਾ, ਉਹਨਾਂ ਦੀ ਮੁਖਾਲਫਤ ਕੀਤੀ। ਹੁਣ ਇਹਦੇ ਵਿੱਚ ਜੇ 31 ਕਿਸਾਨ ਜਥੇਬੰਦੀਆਂ ਨੇ ਇਹ ਦੋ ਸ਼ਖਸ ਤਾਂ ਪਹਿਲਾਂ ਵੀ ਕਦੀ ਉਹਦਾ ਭਾਗ ਨਹੀਂ ਰਹੇ ਉਹਨਾਂ 31 ਕਿਸਾਨ ਜਥੇਬੰਦੀਆਂ ਦਾ, 7 महीने तो एजुकेशन कर रहे ने, इन्हां दी जिहड़ी भी ऑर्गेनाइजेशन आ चाहे वह बना लैन
किसान मजदूर फ्रंट बना लैन, अकाली किसान मजदूर यूनियन कुछ भी बना लैन, लोगों नूं यूनाइट करन करके वह किसान जथेबंदियों का हिस्सा बन। पर एक कैपैसिटी होनी बहुत जरूरी है। एक कले कर दीप सिद्धू भी कला ही अपने वखरा रौला पाई जाता, लखा सधाणा भी रौला पाई जाता। लखा सधाणे ते तो होर बड़े तरह के एलीगेशन लग रहे ने, बहुत एलीगेशन लग रहे ने। किसान ये नहीं है भी किसान लीडर सारे दुध धोते ने, यह भी नहीं कहा जा सकता। पर मसला क्या कि कोई जथेबंदी तो हो जी जिदी ये अगुवाई कर, जिदी ये नुमाइंदगी करके किसान संयुक्त किसान मोर्चे का एक भाग बन। इत्थे सिर्फ यही मैं सवाल एक पूछना चाहनी हाँ कि कोई वड्डा लैवल दे खतरा ये पोज कर दे या नहीं, कि तुहानूं लगदा कि ये छोटी जी गल ओवरकम हो जाऊगी आने वाले समय दे विच, या तुहानूं लगदा है कि जिस तरह ये बैक एंड फोर्थ हो रही है, पहले उन्होंने पिछे नहीं सीगे, 26 तो बाद बिल्कुल विरोध किया, हुण फिर पिछे लग गया, हुण सपोर्ट भी करे दीप दी भी लखे दी भी, ये बैक एंड फोर्थ का की इंपैक्ट होएगा मोर्चे की ओवरऑल स्ट्रेंथ ते तुहाडे ख्याल च? देखो किसान जथेबंदियां जिहड़ियां बहुत अपीलां दलीलां हो रही किसान ऑर्गेनाइजेशनां नूं कि मिलके चलो मिलके चलो। रवि सिद्धू वर्गे शख्स भी जिहड़े इंटरनेशनली रिनाउंड सोशल वर्कर ने, वह भी कह रहे हैं कि सारे नूं मिलके चलना चाहिए, बिना शक सारे नूं मिलके चलना चाहिए, दीप भी उहदा हिस्सा हो जाना चाहिए, उहदे च लखा भी हिस्सा होना चाहिए। सवाल यह है भी इन्हां दोनों शख्सां दी ऑर्गेनाइजेशन कीहड़ी आ, ਉਹ ਉਹਦਾ ਹਿੱਸਾ ਬਣੂਗੀ ਕਿ ਨਹੀਂ ਬਣੂਗੀ। ਅਗਲੀ ਗੱਲ ਕਿ ਕੋਈ ਆਰਗੇਨਾਈਜੇਸ਼ਨ ਨਹੀਂ ਵੀ ਹੈ ਤਾਂ ਵੀ ਮੰਨ ਲਿਆ ਜਾਵੇ ਵੀ ਇਹ ਐਨਆਰਆਈਜ਼ ਦੀ ਨੁਮਾਇੰਦਗੀ ਕਰਦੇ ਨੇ, ਪਰ ਉਹ ਹੁਣ ਇਹਨਾਂ ਦੋਨਾਂ ਸ਼ਖਸਾਂ ਕੋਲ ਕੋਈ ਏਜੰਡਾ ਨਹੀਂ ਆ। ਜੋ ਕਿਸਾਨ ਆਰਗੇਨਾਈਜੇਸ਼ਨਾਂ ਕਹਿ ਰਹੀਆਂ ਨੇ ਜਾਂ ਕਿਸਾਨ ਆਰਗੇਨਾਈਜੇਸ਼ਨਾਂ ਦੇ ਲੀਡਰ ਕਹਿ ਰਹੇ ਨੇ, ਉਹ ਕਹਿੰਦੇ ਵੀ 26 ਜਨਵਰੀ ਦਾ ਜਿਹੜਾ ਇਹਨਾਂ ਨੇ ਝੰਡਾ ਚੜਾਇਆ, ਉਹ ਝੰਡਾ ਚੜਾਉਣ ਦੇ ਨਾਲ ਕੋਈ ਮਸਲਾ ਹੱਲ ਨਹੀਂ ਹੋਇਆ। ਅਸੀਂ ਕਹਿੰਦੇ ਵੀ ਠੀਕ ਹੈ ਤੁਸੀਂ ਖਾਲਿਸਤਾਨ ਬਣਾ ਲਓ, ਪਰ ਮਸਲਾ ਹੈ ਵੀ ਲੜਾਈ ਜਿਹੜੀ ਹੈ ਇੱਥੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਹੋ ਰਹੀ ਆ, ਬਾਰਡਰਾਂ ਦੀ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ, ਜਿੱਥੇ ਵੀ ਇਹ ਸੰਘਰਸ਼ ਵੇਖਣ ਨੂੰ ਮਿਲ ਰਿਹਾ, ਉੱਥੇ ਕਿੰਨਾ ਕੁ ਪ੍ਰਭਾਵਕ ਹੈਗਾ ਖਾਲਿਸਤਾਨ ਤੇ ਖਾਲਿਸਤਾਨ ਦੀ ਗੱਲ, ਤੇ ਤੁਹਾਡੇ ਖਿਆਲ ਚ ਵਰਸਿਸ ਅਗਰ ਆਪਾਂ ਐਨਆਰਆਈਜ਼ ਦੇ ਮਾਈਂਡਸੈਟ ਦੀ ਗੱਲ ਕਰਨੀ ਹੋਏ, ਉਹਨਾਂ ਦੇ ਮਾਈਂਡਸੈਟ ਚ ਕਿੰਨਾ ਕੁ ਇਹ ਚੀਜ਼ ਵਜ਼ਨ ਰੱਖਦੀ ਹੈ? ਦੇਖੋ ਜੇ ਆਪਾਂ ਗੱਲ ਕਰਨੀ ਹੋਵੇ ਵੀ ਪੰਜਾਬ ਦੇ ਵਿੱਚ ਅੱਜ ਕੋਈ ਖਾਲਿਸਤਾਨ ਦੀ ਗੱਲ ਕਰ ਰਿਹਾ ਆ ਤਾਂ ਇਹ ਗੱਲ ਗਲਤ ਆ। ਪੰਜਾਬ ਦੇ ਵਿੱਚ ਅੱਜ ਕੋਈ ਵੀ ਬੰਦਾ ਮਤਲਬ ਵਿਚਾਰ ਹੋ ਸਕਦਾ, ਮੇਰਾ ਨਿੱਜੀ ਰੂਪ ਚ ਵਿਚਾਰ ਹੋ ਸਕਦਾ ਵੀ ਮੈਂ ਖਾਲਿਸਤਾਨ ਦਾ ਸਮਰਥਕ ਹੋ ਸਕਦਾ, ਤੁਸੀਂ ਖਾਲਿਸਤਾਨ ਦੇ ਸਮਰਥਕ ਹੋ ਸਕਦੇ, ਪਰ ਪੰਜਾਬ ਦੇ ਵਿੱਚ ਓਪਨਲੀ ਇਹ ਗੱਲ ਕੋਈ ਵੀ ਕਹਿਣ ਨੂੰ ਤਿਆਰ ਨਹੀਂ ਹੈਗਾ। ਜੇ ਜਿਹੜੇ ਐਨਆਰਆਈ ਨੇ, ਜੇ ਚਾਹੇ ਉਹ ਅਮਰੀਕਾ ਚ ਬੈਠੇ ਨੇ ਚਾਹੇ ਕੈਨੇਡਾ ਚ ਬੈਠੇ ਨੇ, ਉਹ ਪ੍ਰਾਪੇਗੰਡਾ ਕਰਦੇ ਨੇ ਕਿ ਹਾਂਜੀ ਖਾਲਿਸਤਾਨ ਹੋਣਾ ਚਾਹੀਦਾ, ਖਾਲਿਸਤਾਨ ਹੋਣਾ ਚਾਹੀਦਾ, ਬਿਲਕੁਲ ਹੋਣਾ ਚਾਹੀਦਾ, ਪਰ ਇੱਥੇ ਆ ਕੇ ਮੰਗ ਕਰੋ। ਹਨਾ ਪੰਜਾਬ ਦੇ ਵਿੱਚ ਤੁਸੀਂ ਆ ਕੇ ਮੰਗ ਕਰੋ ਤੇ ਲੋਕ ਤੁਹਾਨੂੰ ਕਹਿਣਗੇ ਵੀ ਭਾਈ ਤੁਸੀਂ ਕਰੋ ਮੰਗ, ਫਿਰ ਤੁਹਾਨੂੰ ਸਰਕਾਰ ਵੀ ਦੱਸੂਗੀ ਵੀ ਖਾਲਿਸਤਾਨ ਕਿੱਦਾਂ ਲੈਣਾ ਆ। ਗੱਲ ਇਹ ਆ ਵੀ ਜ਼ਮੀਨੀ ਪੱਧਰ ਤੇ ਇੱਥੇ ਲੋਕ ਖਾਲਿਸਤਾਨ ਦੀ ਕੋਈ ਮੰਗ ਨਹੀਂ ਕਰ ਰਹੇ, ਪਰ ਇਹ ਵਿਚਾਰ ਹੈਗਾ, ਵਿਚਾਰ ਜਿੰਨੀ ਦੇਰ ਤੱਕ ਇੱਕ ਬੰਦਾ ਵੀ ਜਿਉਂਦਾ ਹੈਗਾ ਵਿਚਾਰ ਹਮੇਸ਼ਾ ਜਿਉਂਦਾ ਰਹਿੰਦਾ। ਤੋ ਖਾਲਿਸਤਾਨ ਇੱਕ ਵਿਚਾਰ ਆ, ਉਹਨੂੰ ਜੇ ਅਮਲੀ ਜਾਮਾ ਬਣਾਉਣਾ ਹੈ ਉਹਦਾ ਕੋਈ ਖਿੱਤਾ ਫਿਕਸ ਕਰਨਾ ਪਊਗਾ ਵੀ ਉਹ ਕੈਨੇਡਾ ਚ ਖਾਲਿਸਤਾਨ ਬਣਾਉਣਾ, ਅਮਰੀਕਾ ਦੇ ਕਿਸੇ ਨਿਊਯਾਰਕ ਚ ਬਣਾਉਣਾ, ਜਾਂ ਕੈਲੀਫੋਰਨੀਆ ਚ ਬਣਾਉਣਾ, ਜਾਂ ਪੰਜਾਬ ਦੇ ਵਿੱਚ ਅੰਬਾਲੇ ਤੋਂ ਲੈ ਕੇ ਅਟਾਰੀ ਬਾਰਡਰ ਤੱਕ ਬਣਾਉਣਾ। ਜੇ ਤੁਸੀਂ ਅੰਬਾਲੇ ਤੋਂ ਲੈ ਕੇ ਅਟਾਰੀ ਬਾਰਡਰ ਤੱਕ ਬਣਾਉਣਾ ਤੇ ਤੁਹਾਨੂੰ ਉਹ ਇੱਥੇ ਰਹਿ ਕੇ ਵਰਕਿੰਗ ਕਰਨੀ ਪਊਗੀ। ਅਮਰੀਕਾ ਚ ਰਹਿ ਕੇ ਜਾਂ ਕੈਨੇਡਾ ਚ ਰਹਿ ਕੇ ਤੁਸੀਂ ਪੰਜਾਬ ਚ ਖਾਲਿਸਤਾਨ ਕਿੱਦਾਂ ਬਣਾ ਸਕਦੇ ਹੋ? ਤੇ ਜੇ ਨਿਊਯਾਰਕ ਦੇ ਵਿੱਚ ਭੂਗੋਲਿਕ ਖਿੱਤਾ ਕੋਈ ਤੁਸੀਂ ਚੂਜ਼ ਕੀਤਾ ਆ ਤਾਂ ਫਿਰ ਉੱਥੇ ਡਿਮਾਂਡ ਕਰਨੀ ਚਾਹੀਦੀ ਆ, ਹਨਾ। ਤੇ ਉਹ ਇੱਥੇ ਲੋਕ ਮੰਗ ਨਹੀਂ ਕਰ ਰਹੇ। ਹੁਣ ਜੇ ਆਪਾਂ ਸਿੰਘੂ ਜਾਂ ਟਿਕਰੀ ਬਾਰਡਰ ਦੀ ਗੱਲ ਕਰੀਏ, ਉੱਥੇ ਤੁਹਾਨੂੰ ਇੱਕ ਅੰਦੋਲਨ ਤੁਸੀਂ ਵੀ ਦੇਖਿਆ ਹੋਣਾ, ਉੱਥੇ ਅੰਦੋਲਨ ਦੇ ਬਹੁਤ ਡਿਫਰੈਂਟ ਲੇਅਰਸ ਐਂਡ ਸ਼ੇਡਸ ਨੇ। ਉੱਥੇ ਕੇਸਰੀ ਝੰਡੇ ਵੀ ਨੇ, ਉੱਥੇ ਲਾਲ ਝੰਡੇ ਵੀ ਨੇ, ਉੱਥੇ ਨੀਲੇ ਝੰਡੇ ਵੀ ਨੇ, ਉੱਥੇ ਹਰੇ ਝੰਡੇ ਵੀ ਨੇ, ਉੱਥੇ ਚਿੱਟੇ ਝੰਡੇ ਵੀ ਨੇ, ਬਹੁਤ ਲੇਅਰਸ ਐਂਡ ਸ਼ੇਡਸ ਨੇ, ਜਿਹਦੇ ਨਾਲ ਇੱਕ ਹਨਾ ਤੁਹਾਨੂੰ ਤੁਸੀਂ ਬਹੁਤ ਗਲੈਡ ਹੁੰਦੇ ਆ ਵੀ ਇੱਕ ਰੂਹ ਨੂੰ ਰਵਾਨਗੀ ਮਿਲਦੀ ਆ ਵੀ ਇਹ ਪੰਜਾਬ ਆ, ਪੰਜਾਬ ਦੀ ਜਿਹੜੀ
ਖਸੂਸੀਅਤ ਆ ਜਿਹੜੀ ਖਲੂਸ ਜਿਹੜੀ ਉਹਨਾਂ ਦੀ ਅਸੀਂ ਕਿਸੇ ਵੇਲੇ ਭਾਈਚਾਰਕ ਸਾਂਝਾ ਬਾਰੇ ਸੁਣਦੇ ਹੁੰਦੇ ਸੀਗੇ ਵੀ ਡਿਫਰੈਂਟ ਆਈਡੀਓਲੋਜੀ ਦੇ ਡਿਫਰੈਂਟ ਬੈਕਗ੍ਰਾਉਂਡਸ ਦੇ ਹੋਣ ਦੇ ਬਾਵਜੂਦ ਕਿਸੇ ਇੱਕ ਕਾਜ਼ ਨੂੰ ਲੈ ਕੇ ਸਾਰੇ ਇਕੱਠੇ ਹੋ ਕੇ ਚੱਲ ਰਹੇ ਨੇ ਇਹ ਵੱਡੀ ਗੱਲ ਸੀਗੀ ਪਰ 26 ਦੀਆਂ ਘਟਨਾਵਾਂ ਨੂੰ ਹੁਣ ਪਿੱਛੇ ਛੱਡ ਦੇਣਾ ਪਊਗਾ ਵੀ ਜੋ ਹੋ ਗਿਆ ਸੋ ਹੋ ਗਿਆ ਹੁਣ ਅੱਗੇ ਵਧਿਆ ਜਾਵੇ ਨਿਸ਼ਾਨਾ ਇੱਕ ਮਿੱਥਿਆ ਜਾਵੇ ਕਿ ਅਸੀਂ ਕਾਲੇ ਕਾਨੂੰਨ ਰੱਦ ਕਰਾਉਣੇ ਆ ਸਾਨੂੰ ਉਹਦੇ ਰਿਪੀਲ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੈ ਸਰਕਾਰ ਨੂੰ ਗੱਲਬਾਤ ਦੀ ਟੇਬਲ ਤੇ ਲੈ ਕੇ ਆਉਣਾ ਆ ਸੋ ਦੈਟ ਜਿਹੜੀ ਇੱਕ ਜਿਹੜੀ ਜਿੱਤ ਆ ਉਹ ਕਿਸਾਨੀ ਅੰਦੋਲਨ ਨੂੰ ਨਸੀਬ ਹੋਵੇ ਤੇ ਲੋਕ ਜਿਹੜੇ ਇਹ ਸਾਲਾਂ ਤੋਂ ਆਪਣੇ ਘਰਾਂ ਤੋਂ ਬਾਹਰ ਸਾਡੇ ਇੱਕ ਹੋਰ ਇਹਦੇ ਚ ਬਹੁਤ ਇੰਪੋਰਟੈਂਟ ਗੱਲ ਆ ਕਿ ਜਿਹੜਾ ਆਪਣੇ NRI ਇੱਕ ਘੰਟਾ ਵੀ ਕੰਮ ਦਾ ਨਹੀਂ ਛੱਡ ਸਕਦਾ ਉਹਨੇ 2 ਘੰਟੇ ਨਹੀਂ ਛੱਡ ਸਕਦਾ ਉੱਥੇ ਟਰੱਕ ਜਿਹਨੇ ਟਰੱਕ ਦੀ ਜੋਬ ਕਰਨੀ ਹੈ ਲੇਟ ਹੋ ਗਿਆ ਜਿਹਨੇ ਟੈਕਸੀ ਚਲਾਉਣੀ ਹੈ ਲੇਟ ਹੋ ਗਿਆ ਜਿਹਨੇ ਕੋਈ ਡਿਊਟੀ ਫੜਨੀ ਹੈ 5 ਮਿੰਟ ਨਹੀਂ ਉੱਥੇ ਤੁਸੀਂ ਫੋਨ ਨਹੀਂ ਲੈ ਸਕਦੇ ਇੱਥੇ ਇੱਥੇ ਜਿਹੜੇ 7-7 ਮਹੀਨੇ ਤੋਂ ਲੋਕ ਕਿਸਾਨ ਜਿਹੜੇ ਆ ਲੀਡਰ ਜਿਹੜੇ ਨੇ ਲੀਡ ਕਰ ਰਹੇ ਨੇ ਉਹਨਾਂ ਨੂੰ ਉੱਥੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਇੰਸਟਰਕਸ਼ਨ ਦੇ ਰਹੇ ਉਹ ਤੁਸੀਂ ਬੇਕੂਫਿਆ ਤੁਹਾਨੂੰ ਨਹੀਂ ਪਤਾ ਕਿੱਦਾਂ ਅੰਦੋਲਨ ਚੱਲਣਾ ਉਹ ਜਿਹਨਾਂ ਨੇ ਲੋਕਾਂ ਨੇ ਘਰ ਛੱਡ ਕੇ ਲੱਗੇ ਹੋਏ ਨੇ ਉਹਨਾਂ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਗਾਈਡ ਕਰ ਰਹੇ ਹੋ ਇਹ ਲੌਜੀਕਲ ਨਹੀਂ ਲੱਗਦੀ ਗੱਲ ਬਿਲਕੁਲ ਬਿਲਕੁਲ ਅਰੁਣਦੀਪ ਜੀ ਸੋ ਮੈਨੀ ਪਾਵਰਫੁਲ ਸਟੇਟਮੈਂਟਸ ਬਟ ਮੈਂ ਕਹਾਂਗੀ ਜੋ ਤੁਸੀਂ ਅੱਜ NRIs ਨੂੰ ਮਤਲਬ ਤੁਸੀਂ ਚੈਲੇਂਜ ਕੀਤਾ ਹੈ ਕਿਸਮ ਦਾ ਐਂਡ ਆਈ ਅਪਰੀਸ਼ੀਏਟ ਦੈਟ ਬਿਕੋਜ਼ ਇਹ ਚੀਜ਼ ਕਹਿਣੀ ਬਹੁਤ ਇੰਪੋਰਟੈਂਟ ਸੀਗੀ ਇਹ ਕੰਟਰਾਸਟ ਪੇਂਟ ਕਰਨਾ ਬਹੁਤ ਇੰਪੋਰਟੈਂਟ ਸੀਗਾ ਕਿ ਉੱਥੇ ਗਰਾਊਂਡ ਦੀ ਰਿਐਲਿਟੀ ਕੀ ਹੈਗੀ ਕਿ ਅਤੇ ਵਰਸਿਸ ਲੋਕਾਂ ਦੇ ਖਿਆਲਾਤ ਜੋ ਅਬਰੋਡ ਬੈਠੇ ਹੈ ਉਹਨਾਂ ਦੇ ਵਿੱਚ ਕਿੰਨਾ ਕੁ ਫਰਕ ਹੈ ਬਟ ਆਈ ਥਿੰਕ ਤੁਸੀਂ ਇੱਕ ਪੋਜ਼ਿਟਿਵ ਨੋਟ 'ਤੇ ਕਨਵਰਸੇਸ਼ਨ ਅੱਜ ਸਾਡੇ ਲਈ ਸਮਾਪਤ ਕੀਤੀ ਹੈ ਸੋ ਆਈ ਅਪਰੀਸ਼ੀਏਟ ਦੈਟ ਕਿ ਕਿਸ ਤਰ੍ਹਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਤਿਆਰੀ ਹੋ ਰਹੀ ਹੈ ਕਿ 26 ਨੂੰ ਪਿੱਛੇ ਛੱਡ ਕੇ ਹੁਣ ਜੋ ਇਹ ਪੈਦਲ ਮਾਰਚ ਮਈ ਦੇ ਪਹਿਲੇ ਹਫ਼ਤੇ ਲਈ ਤਿਆਰ ਕਰ ਰਹੇ ਹੈ ਲੀਡਰਸ ਕਿ ਕਿਸ ਤਰ੍ਹਾਂ ਉਹ ਇਹ ਸੰਘਰਸ਼ ਨੂੰ ਅੱਗੇ ਲੈ ਕੇ ਜਾ ਸਕਦੀ ਹੈ ਕਿ ਉਹਨਾਂ ਦਾ ਮਾਈਂਡਸੈਟ ਤਾਂ ਲੰਬੇ ਸਮੇਂ ਲਈ ਤਿਆਰ ਹੈ ਥੈਂਕ ਯੂ ਸੋ ਮੱਚ ਫਾਰ ਹੈਵਿੰਗ ਦਿਸ ਕਨਵਰਸੇਸ਼ਨ ਅਰੁਣਦੀਪ ਜੀ ਡੈਪਿਊਟੀ ਨਿਊਜ਼ ਐਡੀਟਰ ਪੰਜਾਬੀ ਜਾਗਰਣ ਜਲੰਧਰ ਤੋਂ ਤੁਸੀਂ ਸਾਡੇ ਨਾਲ ਜੁੜੇ ਹੋ ਟਾਈਮ ਕੱਢਿਆ ਜ਼ਰੂਰ ਵਾਪਸ ਆਓ ਕਾਫੀ ਵਿਸ਼ੇ ਤੁਹਾਡੇ ਨਾਲ ਆਪਾਂ ਲੰਬੇ ਤਰੀਕੇ ਦੇ ਨਾਲ ਡਿਸਕਸ ਕਰਨਾ ਚਾਹੁੰਦੇ ਹਾਂ ਸੋ ਵੀ ਵੁੱਡ ਲਵ ਟੂ ਹੈਵ ਯੂ ਬੈਕ ਥੈਂਕ ਯੂ ਫਾਰ ਜੁਆਇਨਿੰਗ ਅਸ ਟੁਨਾਈਟ ਹੈਵ ਅ ਗੁੱਡ ਰੈਸਟ ਆਫ ਯੂਰ ਈਵਨਿੰਗ ਸਤਿ ਸ਼੍ਰੀ ਅਕਾਲ ਜੀ ਅਤੇ ਮੈਂ ਵਿਊਅਰਸ ਨੂੰ ਜਾਂਦੇ ਜਾਂਦੇ ਇਹੀ ਕਹਿਣਾ ਚਾਹੁੰਦੀ ਹਾਂ ਇੱਕ ਵਾਰੀ ਫਿਰ ਪ੍ਰੋਗਰਾਮ ਅੱਜ ਰਿਕਾਰਡਡ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ ਬਿਕੋਜ਼ ਜੋ ਸਾਡੇ ਇੰਡੀਆ ਤੋਂ ਗੈਸਟ ਜੁੜਦੇ ਆ ਅਤੇ ਉਹਨਾਂ ਦੇ ਟਾਈਮ ਦੇ ਕਨਵੀਨੀਅੰਸ 'ਤੇ ਰਿਕਾਰਡਿੰਗਸ ਹੁੰਦੀਆਂ ਬਟ ਇਸ ਪ੍ਰੋਗਰਾਮ ਨੂੰ ਲੈ ਕੇ ਅਤੇ ਜੋ ਵੱਖ ਵੱਖ ਅਪਡੇਟਸ ਆਪਾਂ ਡਿਸਕਸ ਕੀਤੀਆਂ ਕਿਸਾਨ ਮੋਰਚੇ ਨੂੰ ਭਾਵੇਂ ਪੰਜਾਬ ਦਿੱਲੀ ਇੰਡੀਆ ਦੇ ਵਿੱਚ ਜਾਂ ਜੋ NRIs ਦੇ ਵਿੱਚ ਮਾਹੌਲ ਪੈਦਾ ਹੋ ਰਿਹਾ ਇਸ ਚੀਜ਼ ਨੂੰ ਅੱਗੇ ਵਧਾਉਣ ਲਈ ਸਪੋਰਟ ਕਰਨ ਲਈ ਉਹਦੇ ਬਾਰੇ ਤੁਸੀਂ ਸਾਡੇ ਨਾਲ ਕੋਈ ਵੀ ਡਿਸਕਸ਼ਨ ਕਮੈਂਟਸ ਕੁਐਸਚਨਸ ਰੱਖਣਾ ਚਾਹੁੰਦੇ ਤੁਸੀਂ ਸਾਨੂੰ ਲਿਖ ਸਕਦੇ ਹੋ justbroadcasting.com justbroadcasting.com ਕੱਲ ਤੁਹਾਨੂੰ ਇੱਕ ਹੋਰ ਵਧੀਆ ਐਪੀਸੋਡ ਦੇ ਨਾਲ ਮਿਲਾਂਗੇ ਬਟ ਹੁਣ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ